ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਦੁਲਾਰੇ ਗੁਰੂ ਰੂਪ ਖਾਲਸਾ ਸਾਹਿਬ ਸੰਤ ਜੀਓ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਹਜ਼ੂਰ ਦੇ ਹਜ਼ੂਰ ਸੱਜ ਕੇ ਆਪ ਜੀ ਨੇ ਗੁਰਮੁਖਾਂ ਪਿਆਰਾ ਰਾਜੇ ਸਿੰਘਾਂ ਦੇ ਰਸਨਾ ਤੋਂ ਅੰਮ੍ਰਿਤਮਈ ਧੁਰਤੇ ਬਾਣੀ ਆਏ ਤਿੰਨ ਸਗਲੀ ਤਿੰਨ ਮਿਟਾਈ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਇਤਿਹਾਸ ਰੂਪ ਵਿੱਚ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਸਰਵਣਾਂ ਦੁਆਰਾ ਦਰਸ਼ਨ ਕੀਤੇ ਹਨ। ਵਡਭਾਗੀ ਬਣੇ ਹੋ। ਉਪਰੰਤ ਗੁਰਮੁਖ ਪਿਆਰਿਆਂ ਦੇ ਰਸਨਾ ਤੋਂ ਆਪਣੇ ਪਵਿੱਤਰ ਵਿਚਾਰ ਸਰਵਣ ਕਰਕੇ ਸਮੇਂ ਨੂੰ ਸੁਹਾਵਣਾ ਬਣਾਇਆ ਹੈ। ਧਰਮ ਬਾਰੇ ਵੀ ਗੁਰਮੁਖਾਂ ਪਿਆਰਿਆਂ ਨੇ ਆਪਣੇ ਕੁਝ ਖਿਆਲ ਪ੍ਰਗਟ ਕੀਤੇ ਹਨ ਕਿ ਕਿਸੇ ਨੂੰ ਜੰਗੂ ਵਾਸਤੇ ਸੁਨਤ ਵਾਸਤੇ ਨਹੀਂ ਕਹਿਣਾ ਪੈਂਦਾ। ਸਿੱਖਾਂ ਨੂੰ ਕੇਵਲ ਅਤੇ ਕੇਵਲ ਇਹ ਕਹਿਣ ਦੀ ਲੋੜ ਪੈਂਦੀ ਹੈ ਕਿ ਭਾਈ ਤੁਸੀਂ ਅੰਮ੍ਰਿਤ ਛਕੋ। ਸੋ ਦਸਵੇਂ ਪਾਤਸ਼ਾਹ ਜੀ ਦਾ ਇਤਿਹਾਸ ਵੀ ਆਪਾਂ ਪਿਆਰਿਆਂ ਤੋਂ ਸੁਣ ਰਹੇ ਸੀ। ਪੰਜਾਂ ਪਿਆਰਿਆਂ ਦੇ ਸੀਸ ਕੱਟਣ ਦੇ ਸੰਬੰਧ ਵਿੱਚ ਵੀ ਕਵਿਤਾ ਦੇ ਰੂਪ ਵਿੱਚ ਦਰਸ਼ਨ ਕੀਤੇ ਹਨ। ਇਹ ਅੰਮ੍ਰਿਤ ਛਕਾਉਣ ਦੀ ਲੋੜ ਕਿਉਂ ਪਈ, ਇਹਦੇ ਸੰਬੰਧ ਵਿੱਚ ਇੱਕ ਦੋ ਬੇਨਤੀਆਂ ਕਰਕੇ ਸ਼ਬਦ ਦੀ ਕਥਾ ਕਰਾਂਗੇ। ਕਿਉਂਕਿ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਅਤੇ ਜੇ ਗੁਰੂ ਤੇ ਪਿਆਰੇ ਈਦ ਦੇ ਮਗਰੋਂ ਟੰਬਾ ਸਾੜਦੇ ਫਿਰੀਏ ਉਹਦਾ ਕੋਈ ਫਾਇਦਾ ਨਹੀਂ ਹੁੰਦਾ ਗਾ। ਅੰਮ੍ਰਿਤ ਸੰਚਾਰ ਹੋਵਾ ਅਤੇ ਪ੍ਰਚਾਰ ਅੰਮ੍ਰਿਤ ਸੰਚਾਰ ਦਾ ਮਗਰੋਂ ਆਰੰਭ ਕਰੀਏ, ਅਸਰ ਤਾਂ ਉਹਦਾ ਹੋਵੇਗਾ ਪਰ ਉਹ ਪਤਾ ਨਹੀਂ ਆਉਂਦੇ ਸਾਲ ਨੂੰ। ਸਤਿਗੁਰੂ ਦੀ ਕਿਰਪਾ ਪ੍ਰਾਪਤੀ ਦੀ ਹੋਵੇ ਚਾਹੇ ਨਾ ਹੋਵੇ, ਇਹ ਸਤਿਗੁਰੂ ਦੇ ਵੱਸ ਹੈ। ਸੋ ਇਸ ਵਾਸਤੇ ਬੇਨਤੀ ਕਰਨੀ ਪਹਿਲਾਂ ਯੋਗ ਦਾਸ ਨੇ ਸਮਝ ਕਰਕੇ ਇਹ ਗੁਰੂ ਤੇ ਪਿਆਰੋ ਖਿਆਲ ਕੀਤਾ ਕਿ ਇੱਕ ਦੋ ਬੇਨਤੀਆਂ ਅੰਮ੍ਰਿਤ ਦੇ ਸੰਬੰਧਿਤ ਕੀਤੀਆਂ ਜਾਣ। ਅੰਮ੍ਰਿਤ ਦੇ ਭਾਲ ਵਾਸਤੇ ਬੇਅੰਤ ਲੋਕ ਗਏ ਹਨ, ਇਹ ਸਮਾਪਤੀ ਦੇ ਵਿੱਚ ਬੇਨਤੀ ਦਾਸ ਕਰੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਇਹ ਪ੍ਰੀਤਮ ਦੇ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਠਹਿਰ ਕਰਕੇ ਸੰਗਤਾਂ ਦੇ ਤਾਂ ਨਿਹਾਲ ਕਰ ਰਹੇ ਹਨ। ਔਰੰਗਜ਼ੇਬ ਨੇ ਆਪਣੇ ਮਜ਼ਹਬ ਨੂੰ ਢਿੰਗੋਂ ਜੋਰੇ ਧੱਕੇਸ਼ਾਹੀ ਦੇ ਨਾਲ ਵਧਾਉਣ ਵਾਸਤੇ ਕੋਝਾ ਯਤਨ ਆਰੰਭਿਆ ਹੋਇਆ ਹੈ। ਇਹ ਇਰਾਦਾ ਬਣਾ ਲਿਆ ਕਿ ਸਵਾ ਮਨ ਜੰਨੂ ਲਾ ਕੇ ਮੈਂ ਪ੍ਰਸ਼ਾਦਾ ਛਕਾਂਗਾ। ਸਾਰੇ ਦੇਸ਼ ਵਿੱਚ ਹਾਹਾਕਾਰ ਮੱਚ ਗਏ। ਮਜ਼ਲੂਮ ਅਤੇ ਗਰੀਬ ਲੋਕ ਬੇਅੰਤ ਦੁਖੀ ਹੋਏ। ਮਥੁਰਾ ਵਿੱਚ ਜਾ ਕੇ, ਤਾਂਸੀਪੁਰੀ ਵਿੱਚ ਜਾ ਕੇ, ਜਗਨਨਾਥਪੁਰੀ ਵਿੱਚ ਜਾ ਕਰਕੇ ਹੋਰਨਾਂ ਗੁਰੂ ਅਤੇ ਪਿਆਰੇ ਬੇਅੰਤ ਥਾਵਾਂ 'ਤੇ ਹਿੰਦੂ ਵੀਰ ਗਏ, ਅਰਦਾਸਾਂ ਕੀਤੀਆਂ ਪਰ ਕਿਸੇ ਵੀ ਦੇਵੀ ਦੇਵਤੇ ਨੇ ਪੁਕਾਰ ਫਰਿਆਦ ਇਹਨਾਂ ਦੀ ਨਹੀਂ ਸੁਣੀ। ਬੜੇ ਦੁਖੀ ਹੋਏ, ਭੈਭੀਤ ਹੋਏ ਬੈਠੇ ਹਨ। ਆਕਾਸ਼ਬਾਣੀ ਹੋਈ ਕਿ ਹੇ ਕਸ਼ਮੀਰੀ ਪੰਡਤੋ, ਗੁਰੂ ਤੇਗ ਬਹਾਦਰ ਸਾਹਿਬ ਇਸ ਵੇਲੇ ਗੁਰਤਾ ਗੱਦੀ ਦੇ ਮਾਲਕ ਹਨ, ਜੇ ਤੁਸੀਂ ਉਹਨਾਂ ਦੇ ਸਰਨ ਵਿੱਚ ਪੈ ਜਾਵੋ, ਉਹ ਸੂਰ ਵੀਰ ਬਚਨ ਕੇ ਬਲੀ ਹਨ, ਜਿਹੜਾ ਬਚਨ ਕਹਿ ਦਿਨ ਖਿਸਕਦੇ ਨਹੀਂ, ਉਸ ਤੋਂ ਮੁੱਖ ਨਹੀਂ ਕਦੇ ਫੋੜਦੇ ਅਤੇ ਮੋੜਦੇ, ਅਤੇ ਬਚਨ ਕਹਿ ਕਰਕੇ ਪੂਰਾ ਕਰਦੇ ਹਨ। ਸਤਿਗੁਰੂ ਦੇ ਸਰਨ ਵਿੱਚ ਜਾਵੋ ਅਤੇ ਤਾਂ ਤੁਹਾਡੀ ਰੱਖਿਆ ਹੋਵੇਗੀ। ਕਸ਼ਮੀਰੀ ਪੰਡਿਤ ਪੜਤਾਲ ਕਰਦੇ ਹੋਏ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ। ਸਤਿਗੁਰੂ ਦਾ ਪਵਿੱਤਰ ਦੀਵਾਨ ਸਜਿਆ ਹੋਇਆ ਹੈ। ਸਜੇ ਹੋਏ ਦੀਵਾਨ ਵਿੱਚ ਆ ਕੇ ਨਮਸਕਾਰ ਕੀਤੇ, ਛਾਤੀ ਠੰਡੇ ਹੋਂਕੇ ਹਨ, ਹੋਠਾਂ ਦੇ ਉੱਪਰ ਸਿੱਕਰੀ ਆਈ ਹੋਈ ਹੈ, ਚਿਹਰਾ ਜਰਦ ਹੋਇਆ ਹੋਇਆ ਹੈ, ਮੂੰਹ ਦੇ ਵਿੱਚ ਘਾਹ ਲਿਆ ਹੋਇਆ, ਫੱਟੇ ਵਸਤਰ ਟੁੱਟੇ ਜੋੜੇ ਛਿੱਤਰ ਪਾਏ ਹੋਏ ਹਨ। ਬੜੀ ਉਦਾਸੀ ਦੇ ਸਹਿਤ ਸਤਿਗੁਰੂ ਦੇ ਦਰਬਾਰ ਵਿੱਚ ਆ ਕੇ ਹਾਜ਼ਰੀ ਭਰੀ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਬਾਲਕ ਅਵਸਥਾ ਵਿੱਚ ਪਿਤਾ ਦੀ ਗੋਦ ਦਾ ਆਨੰਦ ਮਾਣ ਰਹੇ ਹਨ, ਨਰਲੀਲਾ ਵਿੱਚ ਵਿਚਰ ਕਰਕੇ ਕੌਤਕ ਕਰ ਰਹੇ ਹਨ। ਜਦੋਂ ਇਹਨਾਂ ਨੂੰ ਖੜਿਆ ਵੇਖਿਆ, ਸਤਿਗੁਰੂ ਜੀ ਨੂੰ ਹੱਥ ਜੋੜ ਕੇ ਪੁੱਛਿਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿ ਪਿਤਾ ਜੀ ਇਹ ਕੌਣ ਲੋਕ ਹਨ? ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ, ਲਾਲ ਜੀ ਇਹ ਕਸ਼ਮੀਰੀ ਪੰਡਿਤ ਹਨ, ਪਿਤਾ ਜੀ ਕਿਸ ਵਾਸਤੇ ਆਏ ਹੈ? ਲਾਲ ਜੀ ਇਹਨਾਂ ਦੇ ਧਰਮ ਦੀ ਹੀਣਤਾ ਹੋ ਰਹੀ, ਧਰਮ ਨਾਸ਼ ਹੋ ਰਿਹਾ ਹੈ, ਇਹਨਾਂ ਦੇ ਧਰਮ ਦੀ ਰਾਖੀ ਕਰਨ ਵਾਸਤੇ ਕਿਸੇ ਮਹਾਂਪੁਰਖ ਦੀ ਸੀਸ ਦੀ ਲੋੜ ਹੈ। ਧੰਨ ਹਨ ਗੁਰੂ ਤੇਗ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਪਿਆਰੋ ਤਾਨੀ ਵਾਰ ਵਾਰ ਇਹ ਬਹੁਤਾ ਕਰੜਾ ਕਹਿਣਾ ਪੈਂਦਾ, ਗੁੱਸੇ 'ਚ ਵੀ ਕਹਿਣਾ ਪੈਂਦਾ, ਪਿਆਰ ਨਾਲ ਵੀ ਕਹਿਣਾ ਪੈਂਦਾ, ਘੂਰਨਾ ਵੀ ਪੈਂਦਾ ਹੈ।
ऐसे पिता दे आपां पुत होइए ते फिर उस बापू नूं बापू कहण तों संकोच करिए ते उहदे पुत बनण वास्ते तैयार ना होइए ते रोस करिए वाहिगुरू की जिहदे ते असीं जा के किड्डी वड्डी कुरबानी वास्ते बालक वास्ते विच जतन कर रहे हन। हथ जोड़ के गल च पला पा के बेनती की कि सतगुरु पिता जी दुनिया दे विच श्री गुरु नानक देव जी दर नाल कोई वड्डा नहीं, आप जी उस गुरता गद्दी दे मालक हो। मैं भावें जतीम हो जावा, भावें मैनू जंगलां च रातां कटनियां पैण, पर जो सर नावै ते कंठ लावै इह बिरध स्वामी संगा जो पहलियां सरूपां विच आप जी ने बचन कीते है इन्हां नूं सर नावै नूं रख लवो, इन्हां दे सिर ते हथ रखो, इन्हां दे तिर ते जन्म दी राखी करन वास्ते आप जी कुरबानी देवो। यह बेनती की सतगुरु जी ने, गुरु गोबिंद सिंह साहब जी ने, सतगुरु तेग बहादुर साहब जी बड़े प्रसन्न होए, कह लगे लाल जी तुहाडे तो सानू यही उम्मीद से कि तुसी जरूर सिखी धर्म वास्ते उद्यम जतन करोगे, शाबाश है तुहाडे अवतार धारनगे। यह सतगुरु जी ने प्यार भरे वचना विच अपने साहबजादा श्री गुरु गोबिंद सिंह साहब सच्चे पातशाह नूं बख्श के वचन करे निहाल किया है। कश्मीरी पंडितों नूं कह दिता कि जाओ जाके औरंगजेब नूं कह देवो जे श्री गुरु तेग बहादुर साहब जी मुसलमान हो जाण असि अपने आप ही मुसलमान हो जावांगे, होर कोई जतन करन दी लोड़ नहीं। जिवें छेड़ दे मूंह विचों कोई निकल जावे, मत दे अग दे भांबणां विचों बच जावे, समुद्र विचों डुबदे किसे नूं जिवें बाहर कढ लईए, प्यासे नूं जिवें ठंडा पानी मिल जावे, मुर्दे जिस तरह सवास पै जाण, इन्ना खुश होया कश्मीरी पंडित, इतना आनंद इन्हां नूं प्राप्त होया सतगुरु दे वचन सुण के। सियाणियां ने कथन भी कीता है श्री गुरु तेग बहादुर साहब जी परथाए चित चरण कमल का आसरा, चित चरण कमल संग जोड़िया मन लोचै बुरियाईया। कई कहिंदे जी कि साडा मन नहीं मानदा, महाराज आप कहिंदे आ प्यारे, कहिंदे महाराज परथाए मन लोचै बुरियाईया, गुरसबदी इहो मन होड़िया, बाहे जिन्हां दी पकड़िया सर दीजा ते बाहे ना छुट गया। गुरु तेग बहादुर बोलिया घर पईया धर्म ना छुट गया, आपां नूं धरती ते डिगण दी लोड़ नहीं, अजे सिर अपने धरां ते है, पर कृपान पाउण तों किन्ना डरी जाने हैं। सतगुरु जी कहिंदे सिर भावें सिक्का वढ़िया जावे पर धर्म ना छड्डे, साच ना छोड़ो भाई, सच ना कदे भी छड्डना करो कि सच दे धारनी रहो, पर अज सच तों शर्म ते संकोच आ रही है, झूठ दे कबाब खाण तों कदे संकोच नहीं है। सतगुरु सच्चे पातशाह जी ने यह गल कही कि कश्मीरी पंडितां नूं गिल्ले वल तोरिया है, आप चोजी प्रीतम जी ने कुरबानी देण वास्ते कमर कसा कर लिया है। ਉਹ ਕਸ਼ਮੀਰੀ ਪੰਡਿਤ ਦਿੱਲੀ ਨੂੰ ਤੁਰ ਪਏ, ਸਤਿਗੁਰੂ ਜੀ ਇਧਰੋਂ ਆਨੰਦਪੁਰ ਸਾਹਿਬ ਦਾ ਤਿਆਗ ਕਰਕੇ ਵਿਚਰਦੇ ਹੋਏ ਥਾਵਾਂ ਥਾਵਾਂ ਤੇ ਦੁਨੀਆਂ ਨੂੰ ਨਿਹਾਲ ਕਰਦੇ ਸਤਿਗੁਰੂ ਜੀ ਆਗਰੇ ਪਹੁੰਚ ਗਏ ਹਨ। ਉਧਰੋਂ ਔਰੰਗਜ਼ੇਬ ਦੇ ਦੂਤ ਭਾਲ ਰਹੇ ਆ, ਪਰ ਸਤਿਗੁਰੂ ਜੀ ਕਿਸੇ ਨੂੰ ਕੀ ਲੱਭਣੇ ਸੀ। ਦਿੱਲੀ ਆਗਰੇ ਵਿੱਚ ਜਾ ਕਰਕੇ ਸੁੱਕੇ ਬਾਗ ਵਿੱਚ ਚਰਨ ਪਾਏ ਸਤਿਗੁਰੂ ਜੀ ਨੇ, ਬਾਗ ਹਰਿਆ ਭਰਿਆ ਕੀਤਾ। ਸਤਿਗੁਰੂ ਦੇ ਪਿਆਰੇ ਮਤੀ ਦਾਸ ਜੀ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਲੰਗਰ ਦੀ ਲੋੜ ਹੈ, ਪ੍ਰਸ਼ਾਦਾ ਛਕਣਾ ਭੁੱਖ ਲੱਗੀ ਹੈ, ਠਹਿਰ ਜਾਓ ਭਾਈ ਹੁਣੇ ਮੰਗਵਾ ਦਿੰਦੇ ਹਾਂ। ਇੱਕ ਅਜਾਲੀ ਭੇਡਾਂ ਬੱਕਰੀਆਂ ਲੈ ਕੇ ਆ ਗਿਆ। ਸਤਿਗੁਰੂ ਜੀ ਕਹਿਣ ਲੱਗੇ ਜਾ ਗੁਰਮੁਖਾ ਸ਼ਹਿਰ ਦੇ ਵਿੱਚੋਂ ਪਦਾਰਥ ਲੈ ਕੇ ਆ, ਮੇਰੀਆਂ ਜੇ ਬੱਕਰੀਆਂ ਸੰਤ ਜੀ ਕੌਣ ਮੋੜੇਗਾ, ਉਹਨਾਂ ਨੂੰ ਪਤਾ ਕਿ ਜਗਤ ਗੁਰੂ ਜੀ ਹਨ, ਸੰਤ ਜੀ ਮੇਰੀਆਂ ਬੱਕਰੀਆਂ ਕੌਣ ਮੋੜੇਗਾ। ਮਹਾਰਾਜ ਕਹਿਣ ਲੱਗੇ ਭਾਈ ਕਿਤੇ ਨਹੀਂ ਜਾਂਦੀਆਂ, ਅਸੀਂ ਜ਼ਿੰਮੇਵਾਰ ਹਾਂ, ਇਹਨਾਂ ਦੇ ਸੇਵਾ ਦਾ ਸਿੱਖ ਸੰਭਾਲਣਗੇ, ਤੂੰ ਇਹ ਸੇਵਾ ਕਰ। ਚਲਿਆ ਗਿਆ ਇੱਕ ਸੁੰਦਰ ਮੁੰਦਰੇ, ਇੱਕ ਦੁਸ਼ਾਲਾ ਅਮੋਲਕ ਸੋਭਨੀਕ ਲੈ ਕਰਕੇ ਸ਼ਹਿਰ ਵਿੱਚ ਪਹੁੰਚਿਆ ਹੈ। ਸ਼ਾਹੂਕਾਰ ਨੂੰ ਜਾ ਕੇ ਕਿਹਾ ਕਿ ਮੈਨੂੰ ਮਠਿਆਈ ਦੇ ਦੇਵੋ। ਮਠਿਆਈ ਲੈਣ ਵਾਸਤੇ ਸ਼ਾਹੂਕਾਰ ਦੇਣ ਵਾਸਤੇ ਸ਼ਾਹੂਕਾਰ ਨੇ ਕਿਹਾ ਪਹਿਲਾਂ ਪੈਸੇ ਦੇਵੋ। ਹੀਰੇ ਜੜਤ ਇੱਕ ਮੁੰਦਰੀ ਦੇ ਦਿੱਤੇ। ਸ਼ਾਹੂਕਾਰ ਨੂੰ ਸ਼ੱਕ ਪੈ ਗਏ ਕਿ ਮਠਿਆਈ ਦੋ ਚਾਰ ਰੁਪਈਏ ਦੇ, ਮੁੰਦਰੀ ਹੀਰੇ ਜੜਤ ਇੰਨੀ ਅਮੋਲਕ, ਕੋਈ ਚੋਰ ਯਾਰ ਠੱਗ ਨਾ ਹੋਵੇ, ਰਾਹ ਧਾੜ ਵੀ ਨਾ ਕੋਈ ਹੋਵੇ। ਪਰ ਸ਼ਾਹੂਕਾਰ ਵੀ ਲਾਲਚ ਕਰ ਗਿਆ ਕਿ ਆਪਾਂ ਨੂੰ ਕੀ, ਆਪਾਂ ਤਾਂ ਮਠਿਆਈ ਵੇਚਣੀ ਹੈ ਚਾਹੇ ਕੋਈ ਹੋਵੇ। ਮਠਿਆਈ ਤੋਲ ਕੇ ਕਹਿਣ ਲੱਗਾ ਲਿਆ ਕੱਪੜਾ ਜਿਸ ਵਿੱਚ ਮੈਂ ਪਾਵਾਂ। ਜਦੋਂ ਦੁਸ਼ਾਲਾ ਸੁੰਦਰ ਅੱਗੇ ਵਿਛਾ ਦਿੱਤਾ, ਪੱਕੀ ਸ਼ੱਕ ਹੋ ਗਏ। ਉਸੇ ਵੇਲੇ ਤੱਕੜੀ ਵੱਟਾ ਰੱਖ ਕੇ ਸ਼ਾਹੂਕਾਰ ਕੋਤਵਾਲ ਦੇ ਕੋਲ ਜਾ ਖੜਾ ਹੋਇਆ, ਜਾ ਕੇ ਕਹਿਣ ਲੱਗਾ ਭਾਈ ਮੇਰੀ ਦੁਕਾਨ 'ਤੇ ਕੋਈ ਠੱਗ ਹੈ। ਸੋ ਦੋ ਚੀਜ਼ਾਂ ਉਸਦੇ ਕੋਲ ਬੜੀਆਂ ਅਮੋਲਕ ਹਨ, ਪਤਾ ਨਹੀਂ ਕਿੱਥੋਂ ਜਾਇਆ, ਉਸਨੂੰ ਜਾ ਕੇ ਪੁੱਛ ਲਵੋ। ਥਾਣੇਦਾਰ ਗਿਆ, ਜਾ ਕੇ ਉਸ ਅਜਾਲੀ ਨੂੰ ਪਕੜ ਲਿਆ। ਅਜਾਲੀ ਨੇ ਕਿਹਾ ਕਿ ਮੈਨੂੰ ਕੋਈ ਪਤਾ ਨਹੀਂ, ਜਾਂ ਤਾਂ ਕੋਈ ਚੱਕਰਵਰਤੀ ਰਾਜਾ ਹੈ ਤੇ ਜਾਂ ਕੋਈ ਪੂਰਨ ਮਹਾਤਮਾ ਹੈ, ਇਹਦੇ 'ਤੇ ਬੜਾ ਭਾਰੀ ਜਲਾਲ ਤੇਰਾ ਤਹਿਕ ਰਿਹਾ ਹੈ,
ਖੇੜਿਆ ਹੋਇਆ ਖੁਸ਼ਹਾਲੀ ਦੇ ਸਹਿਤ ਹੈ, ਪਰ ਮੈਨੂੰ ਕੋਈ ਪਤਾ ਨਹੀਂ ਕੌਣ ਹਨ, ਬਾਗ ਵਿੱਚ ਬੈਠੇ ਹਨ। ਜਦੋਂ ਆ ਕੇ ਚਰਨ ਪਾਏ, ਬਾਗ ਸੁੱਕਾ ਸੀ, ਹਰਿਆ ਭਰਿਆ ਹੋ ਗਿਆ ਹੈ। ਉਹਨਾਂ ਨੇ ਮੈਨੂੰ ਤਾਂ ਭੇਜਿਆ ਹੈ, ਥਾਣੇਦਾਰ ਨਾਲ ਆਇਆ, ਸਤਿਗੁਰੂ ਸਾਹਿਬਾਨ ਦੇ ਚਰਨਾਂ ਵਿੱਚ ਪਹੁੰਚਿਆ ਹੈ। ਸਤਿਗੁਰੂ ਗਰੀਬ ਨਿਵਾਜ ਦੇ ਪਾਸ ਬੇਨਤੀ ਕਰਕੇ ਪੁੱਛਿਆ ਜੀ, ਆਪ ਜੀ ਦਾ ਨਾਮ ਕੀ ਹੈ? ਅੱਜ ਤਾਂ ਜੇ ਕਿਸੇ ਨੂੰ ਸੰਤ ਨਾ ਕਹੀਏ ਤੇ ਰੋਸੀ ਜਾਂਦਾ, ਕਹਿੰਦਾ ਮੇਰਾ ਸੰਤ ਖਾਲਸੀ ਖੋਲਿਆ। ਕਿਸੇ ਨੂੰ ਗੁਰੂ ਕੇ ਪਿਆਰੇ ਗਿਆਨੀ ਨਾ ਕਹੀਏ, ਕਹਿੰਦੇ ਮੈਨੂੰ ਤਾਂ ਤੂੰ ਗਿਆਨੀ ਨਾ ਹੀ ਕੱਟ ਦਿੱਤਾ, ਮੈਂ ਕੀ ਕਰਨਾ ਤੇਰੀ ਸਟੇਜ ਤੇ। ਤੇ ਕਿਸੇ ਨੂੰ ਕਿਹਾ ਨਾ ਕਹੀਏ ਤੂੰ ਖਜ਼ਾਨਚੀ ਸਾਹਿਬ ਹੈ, ਤੂੰ ਪ੍ਰਧਾਨ ਸਾਹਿਬ ਹੈ, ਦੂਜੇ ਦਿਨ ਬੋਲਦਾ ਹੀ ਨਹੀਂ, ਕਿਉਂਕਿ ਮੈਨੂੰ ਪ੍ਰਧਾਨ ਸਾਹਿਬ ਦਾ ਟਿੱਕਾ ਖੋਲਿਆ ਨਾ ਮੇਰਾ। ਧੰਨ ਹੈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਿਮਰਤਾ ਦੇ ਅਹੁਦੇ, ਸ਼ਾਂਤੀ ਦੇ ਪੁੰਜ ਧਰਤੀ ਨੂੰ ਧੀਰਜ ਬਖਸ਼ਣਹਾਰ ਸਤਿਗੁਰੂ ਜੀ। ਕਹਿਣ ਲੱਗੇ ਭਾਈ ਸਾਨੂੰ ਜੰਗ ਬਹਾਦਰ ਸਾਹਿਬ ਜੀ ਕਹਿੰਦੇ, ਇਹ ਨਹੀਂ ਕਿਹਾ ਕਿ ਅਸੀਂ ਸਤਿਗੁਰੂ ਤੇਗ ਬਹਾਦਰ ਸਾਹਿਬ ਹਾਂ, ਸਾਨੂੰ ਭਾਈ ਲੋਕ ਕਹਿੰਦੇ, ਪਿਆਰੇ ਕਹਿੰਦੇ, ਦੁਨੀਆਂ ਕਹਿੰਦੀ ਹੈ। ਸਮਝ ਗਿਆ, ਕੁਝ ਭਾਵਨਾ ਵੀ ਪੂਰੀ ਕਰਨੀ ਸੀ ਨਾ, ਇੱਛਾ ਪੂਰਤ ਸਾਹਿਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਆ ਨੇਰੇ ਜੀ ਅੜੇ ਤਾਂ ਸਰਬ ਸੁਖ ਪਾਵ ਹੈ ਨੇਰੇ ਮਨ। ਉਹਨੇ ਇੱਛਾ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇਰੇ ਰਾਹੀਂ ਗ੍ਰਿਫਤਾਰ ਹੋਣ ਤੇ ਆਪਣਾ ਮਿਲ ਜਾ, ਮੈਨੂੰ ਮਰਾਤਵਾ ਚੰਗਾ ਮਿਲ ਜਾਵੇ। ਭਾਈ ਇੱਛਾ ਤਾਂ ਰੱਬ ਸਾਰੀਆਂ ਪੂਰੀਆਂ ਕਰ ਦਿੰਦਾ, ਪਰ ਭੈੜੀ ਇੱਛਾ ਨਹੀਂ ਕਰਨੀ ਚਾਹੀਦੀ। ਜੇ ਭੈੜੀ ਇੱਛਾ ਕਰਾਂਗੇ ਫਲ ਦੀ ਭੁਗਤਣਾ ਪੈਂਦਾ, ਫਲ ਭੁਗਤੇ ਬਿਨਾਂ ਕਰੇ ਕਰਮ ਟਲਦਾ ਨਹੀਂ। ਕਲਯੁਗ ਧਰ ਦਾ ਦਰਬਾਰ ਲੱਗਾ, ਇੱਕ ਚੋਰ ਨੇ ਪੰਡਤਾਂ ਵਾਲਾ ਲਿਬਾਸ ਬਣਾਇਆ, ਗਲ ਚ ਲਾਲ ਪਰਨ, ਧੋਤੇ ਪਖਾਏ, ਹੱਥ ਵਿੱਚ ਗੁਰੂ ਤੇ ਪਿਆਰਿਓ ਮਾਲਾ ਪਕੜੀ ਹੋਈ ਹੈ, ਮੱਥੇ ਤੇ ਤਿਲਕ ਲਾਇਆ, ਆਨੰਦਪੁਰ ਸਾਹਿਬ ਦੇ ਜੋੜ ਮੇਲੇ ਤੇ ਖੀਸੇ ਕੱਟ ਲਏ, ਇੱਕ ਸਿੱਖ ਦਾ ਖੀਸਾ ਕੱਟਿਆ, ਸਤਿਗੁਰੂ ਜੀ ਦੇ ਪਾਸ ਗਿਆ, ਸਤਿਗੁਰੂ ਜੀ ਮੇਰਾ ਖੀਸਾ ਕੱਟਿਆ ਗਿਆ, ਆਜੀ ਦਰਬਾਰ ਵਿੱਚ ਬਹਿ ਗਿਆ ਭਾਈ ਕੋਈ ਨੀ, ਦੂਜਾ ਆ ਗਿਆ, ਤੀਜਾ ਵੀ ਢਿੱਲਾ ਜਿਹਾ ਮੂੰਹ ਕਰਕੇ ਆ ਗਿਆ। ਉਹ ਪੰਡਿਤ ਨੇ ਅਰਦਾਸ ਕੀਤੀ, ਚੋਰ ਪੰਡਿਤ ਨੇ, ਤੇ ਸਤਿਗੁਰੂ ਜੀ ਮੇਰੀਆਂ ਦੋ ਚੋਰੀਆਂ ਦਾ ਪਤਾ ਨਾ ਲੱਗੇ। ਜੋ ਤੀਜੀ ਚੋਰੀ ਵੀ ਕਰ ਲਈ, ਦਇਆ ਸਿੰਘ ਜੀ ਕੋਲ ਖੜੇ ਸੀ, ਮਹਾਰਾਜ ਕਹਿਣ ਲੱਗੇ, ਜਾ ਭਾਈ ਦਇਆ ਸਿੰਘ, ਇਸ ਤਰ੍ਹਾਂ ਦਾ ਇੱਕ ਲਿਬਾਸੀ ਪੰਡਿਤ ਹੈ ਉਹ ਚੋਰ, ਉਹਨੂੰ ਕੰਨੋ ਪਕੜ ਕੇ ਲਿਆਉਣਾ, ਬਾਹੋਂ ਪਕੜ ਕੇ ਨਹੀਂ ਲਿਆਉਣਾ, ਸੱਦ ਲਿਆ, ਬੁਲਾ ਲਿਆ ਕੋਲ। ਮਹਾਰਾਜ ਕਹਿਣ ਲੱਗੇ, ਭਾਈ ਤੂੰ ਘਰੋਂ ਤੁਰਿਆ ਸੀ ਕਿ ਮੇਰੀਆਂ ਦੋ ਚੋਰੀਆਂ ਦਾ ਪਤਾ ਨਾ ਲੱਗੇ, ਤੇ ਤੂੰ ਆਪਣੇ ਅਰਾਦੇ ਤੇ ਨਹੀਂ ਰਿਹਾ, ਆਪਣੇ ਨਿਸ਼ਚੇ ਤੇ ਨਹੀਂ ਰਿਹਾ, ਆਪਣੇ ਬਚਨ ਤੇ ਨਹੀਂ ਰਿਹਾ, ਆ ਤੀਜਾ ਖੀਸਾ ਕਿਉਂ ਕੱਟਿਆ? ਇੱਛਾ ਤੇਰੀ ਵੀ ਪੂਰੀ ਹੋ ਗਈ, ਇੱਛਾ ਪੂਰਤ ਸਰਬ ਸੁਖ ਦਾਤਾ ਹਰ ਹੈ, ਪਰ ਇੱਛਾ ਇਹਨਾਂ ਸਿੱਖਾਂ ਦੀ ਵੀ ਪੂਰੀ ਹੋਣੀ ਹੈ ਜਿਹੜੇ ਦਰਸ਼ਨ ਕਰਨ ਵਾਸਤੇ ਸਾਡੇ ਪੈਸੇ ਸਾਨੂੰ ਮਿਲ ਜਾਣ, ਤੇ ਚੰਗੀ ਤਰ੍ਹਾਂ ਨਹੀਂ ਤਾਂ ਚਾਟਾ ਛਕਾਇਆ ਜਾਵੇਗਾ ਤੇ ਪੈਸੇ ਕੱਢ ਕੇ ਤੇ ਰੱਖ ਦੇ ਸਾਰੇ ਰਖਵਾ ਲੈ। ਤੇ ਦਇਆ ਸਿੰਘ ਨੂੰ ਹੁਕਮ ਦਿੱਤਾ ਕਿ ਭਾਈ ਇਹਨੂੰ ਪਕੜ ਕੇ ਬਾਹਰ ਕੱਢ ਦੇਵੋ ਜੋੜ ਮੇਲੇ ਦੇ ਵਿੱਚੋਂ। ਐਸੀ ਹਾਲਤ ਸੀ, ਇੱਛਾ ਉਹਦੀ ਵੀ ਪੂਰੀ ਕਰ ਦਿੱਤੇ ਤੇ ਚਾਟਾ ਛਕਾ ਕੇ ਉਹਨੂੰ ਤੇ ਉਹਦੇ ਕੋਲ ਪੈਸੇ ਦਵਾ ਦਿੱਤੇ, ਸਿੱਖਾਂ ਨੂੰ ਇੱਛਾ ਉਹਨਾਂ ਦੀ ਵੀ ਪੂਰੀ ਕਰ ਦਿੱਤੇ। ਇੱਛਾ ਤਾਂ ਭਾਈ ਸਾਰੀਆਂ ਰੱਬ ਪੂਰੀਆਂ ਕਰਦਾ, ਪਰ ਜੇ ਚੰਗੀ ਇੱਛਾ ਹੋਵੇ ਤੇ ਫਿਰ ਉਹ ਖੁਸ਼ ਵੀ ਨਹੀਂ ਕੋਲ, ਕੋਈ ਖੋ ਨਹੀਂ ਸਕਦਾ ਜੇ ਨਾਮ ਦੀ ਦਰਸ਼ਨਾਂ ਦੀ ਪਿਆਸ ਹੋਵੇ। ਸੋ ਜੈਸੀ ਭੂਖ ਤੈਸੀ ਕਾ ਪੂਰਤ, ਸਗਲ ਘਟਾ ਤਾ ਸਵਾਮੀ, ਨਾਨਕ ਪਿਆਸ ਲੱਗੀ ਦਰਸ਼ਨ ਕੀ ਪ੍ਰਭ ਮਿਲਿਆ ਅੰਤਰ ਜਾਮੀ। ਜਿਨ੍ਹਾਂ ਨੂੰ ਇੱਛਾ ਦਰਸ਼ਨਾਂ ਦੀ ਹੈ ਉਹਨਾਂ ਨੂੰ ਪਰਮੇਸ਼ਰ ਆਪ ਆ ਕੇ ਮਿਲ ਪੈਂਦਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਕੜਾਉਣ ਵਾਸਤੇ ਇੱਛਾ ਕੀਤੀ ਹੈ, ਇਹਨੂੰ ਸਤਿਗੁਰ ਜੀ ਅਹੁਦਾ ਦਵਾਉਣ ਵਾਸਤੇ ਬਹਾਨਾ ਬਣਾ ਦਿੱਤਾ। 500 ਸਵਾਰ ਨਾਲ ਲੈ ਕਰਕੇ ਸਤਿਗੁਰ ਦੇ ਪਾਸ ਆਇਆ ਥਾਣੇਦਾਰ ਕੋਤਵਾਲੀ ਤੋਂ ਜਾ ਕੇ। ਸੋ ਸਤਿਗੁਰ ਜੀ ਨੂੰ ਪਕੜ ਲੱਗਾ, ਹੱਥ ਕੜੀਆਂ ਲਾਉਣ ਲੱਗਾ। ਮਹਾਰਾਜ ਕਹਿਣਗੇ, ਭਾਈ ਕੋਈ ਲੋੜ ਨਹੀਂ, ਤਿਆਰੀ ਕਰਕੇ ਨੱਸ ਕੇ ਦੌੜ ਕੇ ਨਹੀਂ ਜਾਣ ਲੱਗੇ। ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਤੁਰ ਪਏ ਹੈ ਦਿੱਲੀ ਨੂੰ। ਦਿੱਲੀ ਜਿਹੜਾ ਰੇਲਾਂ ਦਾ ਵੱਡਾ ਉੱਚਾ ਪੁਲ ਹੈ, ਉਹਦੇ ਪਾਸ ਇੱਕ ਹਵੇਲੀ ਸੀ। ਪਹਿਲਾਂ ਜਦੋਂ ਜਾ ਕੇ ਮਲਾਪ ਹੋਇਆ, ਬਚਨ ਬਲਾਸ ਅਫਸਰੀ ਜੀ ਹੋਏ ਹਨ, ਪ੍ਰਸ਼ਨ ਪੁੱਤਰ ਸਤਿਗੁਰੂ ਜੀ ਨੇ ਚੰਗੇ ਘੜ ਮੇ ਠੋਕ ਮੇ ਉੱਤਰ ਦੇ ਕਰਕੇ ਇਹਨੂੰ ਨਿਰੁੱਤਰ ਕੀਤਾ ਹੈ। ਔਰੰਗਜ਼ੇਬ ਦੇ ਮਨ ਸੁੱਖ ਤੇ ਆਏ ਸੀ ਕਿ ਇਹ ਹਵੇਲੀ ਵਿੱਚ ਪ੍ਰੇਤ ਰਹਿੰਦਾ ਹੈ, ਜੇ ਤਾਂ ਸਤਿਗੁਰੂ ਦੀ ਕਰਾਮਾਤੀ ਹੋਏ ਤੇ ਪ੍ਰੇਤ ਇੱਥੋਂ ਕੱਢ ਦੇਣਗੇ ਤਾਂ ਵੀ ਦਿੱਲੀ ਸੁਖੀ ਵਸ ਪਵੇਗੀ, ਤੇ ਜੇ ਸਤਿਗੁਰੂ ਵਿੱਚ ਕਰਾਮਾਤ ਨਾ ਹੋਈ ਤੇ ਪ੍ਰੇਤ ਇਹਨਾਂ ਨੂੰ ਨਾਸ਼ ਕਰ ਦੇਵੇਗਾ, ਸ਼ਹੀਦ ਕਰ ਦੇਵੇਗਾ। ਮੇਰੇ ਦੋਹਾਂ ਹੱਥਾਂ ਤੇ ਲੱਡੂ ਆ ਗਏ ਆ, ਮੈਂ ਜ਼ਰੂਰ ਹੁਣ ਮੁਸਲਮਾਨ ਸਾਰਿਆਂ ਨੂੰ ਬਣਾ ਲਵਾਂਗਾ, ਪਰ ਇਹਨੂੰ ਕੀ ਪਤਾ ਸੀ ਤਾਂ ਇਹ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ ਵਾਲੇ, ਇਹ ਗੱਲ ਹੋ ਜਾਣੀ ਆ ਪਸ਼ੂ ਪ੍ਰੇਤ ਮੁਗਧ ਕੋ ਉਤਾਰੇ ਪਾਹਣ ਪਾਰ ਉਤਾਰੇ, ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੇ। ਕੌਣ ਸੀ ਸਤਿਗੁਰੂ ਜੀ ਨੂੰ ਮਾਰਨ ਵਾਲਾ? ਕਈ ਕਹਿੰਦੇ ਆ ਪ੍ਰੇਤ ਹੈ ਨੀ ਭਾਈ, ਸਾਰੀਆਂ ਚੀਜ਼ਾਂ ਹੈ। ਸਤਿਗੁਰੂ ਜੀ ਕਹਿੰਦੇ, ਕਈ ਕੋਟ ਕੋਟ ਪ੍ਰੇਤ ਸੂਤਰ ਮਿਰਗਾਤ, ਇੱਕ ਅੱਧਾ ਨੀ ਕਰੋੜਾਂ ਕਈ ਕਰੋੜ, ਪਰ ਬੰਦਾ ਉਹ ਜਿਹੜਾ ਸ਼ਰਾਬ ਪੀਂਦਾ, ਬੰਦਾ ਉਹ ਜਿਹੜਾ ਪ੍ਰੀਤੀ ਕਰਦਾ,
ਪਰ ਉਹ ਬਣਦਾ ਜਿਹੜਾ ਮੰਦਰ ਚ ਖਿਆਲ ਰੱਖ ਲਏ ਘਰ ਚ, ਤੇ ਮੈਂ ਪੱਕੀ ਹਵੇਲੀ ਪਾ ਕੇ ਛੱਡ ਚੱਲਿਆ, ਅੰਤ ਕਾਰਜ ਲਕਸ਼ਮੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਸਰਪ ਜੋਨ ਵਾਲ ਵਾਲ ਆਤਰੈ, ਹਰੀ ਬਾਈ ਗੋਬਿੰਦ ਨਾਮ ਮਤ ਵਿਸਰੈ, ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਪ੍ਰੇਤ ਜੋਨ ਵਾਲ ਵਾਲ ਆਤਰੈ, ਅੰਤ ਕਾਲ ਜੋ ਲੜਕੇ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਸੂਕਰ ਜੋਨ ਵਾਲ ਵਾਲ ਆਤਰੈ, ਅੰਤ ਕਾਲ ਜੋ ਤਿਸਕਰੀ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਵੇਸਵਾ ਜੋਨ ਵਾਲ ਵਾਲ ਆਤਰੈ, ਅੰਤ ਕਾਲ ਜੋ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰਿਆ ਪੀਤੰਬਰ ਵਾ ਘੇਰੇ ਦਾ ਵਸੈ। ਜਿਹੜਾ ਪਰਮੇਸ਼ਰ ਨੂੰ ਯਾਦ ਕਰੇ ਉਹਦੇ ਹਿਰਦਾ ਹਿਰਦੇ ਵਿੱਚ ਹਰੀ ਵੱਸਦਾ ਹੈ, ਜਿਹੜਾ ਘਰਵਾਲੀ ਨੂੰ ਯਾਦ ਕਰਦਾ ਮਰ ਜਾਵੇ ਉਹ ਬੇਸਵਾ ਬਣਦਾ ਹੈ, ਜਿਹੜਾ ਮੰਦਰ ਨੂੰ ਯਾਦ ਕਰਦਾ ਮਰ ਜਾਵੇ ਉਹ ਪ੍ਰੇਤ ਬਣਦਾ ਹੈ। ਪ੍ਰੇਤ ਦਾ ਜਨਮ ਬੜਾ ਭਾਰੀ ਔਖਾ ਹੈ। ਆ ਸੂਈ ਹੁੰਦੀ ਕੱਪੜੇ ਸੀਪਣ ਵਾਲੇ, ਜਿਸ ਦੇ ਵਿੱਚ ਨੱਕੇ ਵਿੱਚ ਜੇ ਆਪਾਂ ਤਾਗਾ ਲਗਾਉਂਦੇ ਹਾਂ, ਇੰਨਾ ਬਰੀਕ ਮੂੰਹ ਹੁੰਦਾ ਪ੍ਰੇਤ ਦਾ, ਤੇ ਸਵਾ ਮਣ ਪੱਕਾ ਖੂਨ ਪੀਵੇ ਤਾਂ ਇਹਦੀ ਤ੍ਰਿਪਤੀ ਹੁੰਦੀ। ਪਹਿਲਾਂ ਤਾਂ ਖੂਨ ਹੀ ਇਹਨਾਂ ਮਿਲਣਾ ਔਖਾ ਹੈ, ਤੇਰੇ ਮਿਲ ਜਾਵੇ ਤੇ ਸਵਾ ਮਣ ਪੱਕਾ ਖੂਨ ਸੂਈ ਦੇ ਨੱਕੇ ਵਿੱਚ ਨਿਕਲਦਾ ਨਹੀਂ। ਸਾਰੀ ਜ਼ਿੰਦਗੀ ਗੁਰੂ ਕੇ ਪਿਆਰੇ ਪ੍ਰੇਤ ਦੀ ਭੁੱਖੇ ਦੀ ਜਾਂਦੀ ਹੈ, ਤੇ ਬਣਦਾ ਉਹ ਇਹਦਾ ਮੰਦਰ ਦਾ ਘਰ ਦਾ ਮੋਹ ਕਰੇ ਕਿ ਮੈਂ ਪੱਕੀਆਂ ਹਵੇਲੀਆਂ ਛੱਡ ਚੱਲਿਆ, ਉਹਨੂੰ ਗੁਰੂ ਕੇ ਪਿਆਰੇ ਇਸ ਗੁਣ ਵਿੱਚੋਂ ਨਿਕਲਿਆ ਨਹੀਂ ਜਾਵੇਗਾ, ਪੂਰੇ ਗੁਰੂ ਦੀ ਬਾਣੀ ਦਾ ਕਥਨ ਹੈ। ਤੇ ਜਿਹੜਾ ਪੁੱਤਰਾਂ ਦਾ ਮੋਹ ਕਰਦਾ ਮਰ ਜਾਵੇ ਤੇ ਉਹ ਗੁਰੂ ਕੇ ਪਿਆਰੇ ਸੂਰ ਦੀ ਜੂਨ ਵਿੱਚ ਪੈਂਦਾ, 12 ਬੱਚੇ ਸੂਰ ਦੇ ਹੋ ਜਾਂਦੇ 6 ਮਹੀਨਿਆਂ ਪਿੱਛੋਂ, ਉਹ ਚਾਅ ਫਿਰ ਪੂਰਾ ਹੋ ਜਾਂਦਾ ਪਹਿਲੇ ਸੰਕਲਪ ਦਾ, ਐਸੀ ਹਾਲਤ ਹੁੰਦੀ ਹੈ। ਇਹ ਸਤਿਗੁਰੂ ਦੀ ਬਾਣੀ ਦਾ ਫਰਮਾਨ ਹੈ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੂੰ ਹਵੇਲੀ ਵਿੱਚ ਰਹਿਣ ਵਾਸਤੇ ਕਿਹਾ, ਹਵੇਲੀ ਵਾਲੇ ਪ੍ਰੇਤ ਬਣੇ ਕਿਉਂ? ਦੋ ਭਾਈ ਸੇ, ਵੱਡਾ ਤਕੜਾ ਸੀ ਛੋਟਾ ਕਮਜ਼ੋਰ ਸੇ, ਹਵੇਲੀ ਰਲ ਕੇ ਦੋਹਾਂ ਨੇ ਪਾਈ ਖਰਚ ਕੀਤਾ, ਵੱਡਾ ਬੇਈਮਾਨ ਹੋ ਗਿਆ, ਛੋਟੇ ਭਾਈ ਨੂੰ ਕੱਢਣ ਵਾਸਤੇ ਯਤਨ ਕਰ ਲਿਆ। ਸੋ ਉਸਨੇ ਪੰਚਾਇਤ ਇਕੱਠੀ ਕੀਤੀ, ਸੰਗਤ ਦੇ ਵਿੱਚ ਪੰਚਾਇਤ ਦੇ ਝੂਠੀ ਸਹੁੰ ਖਾ ਗਿਆ। ਗੁਰੂ ਕੇ ਪਿਆਰੇ ਸਿੱਖ ਹੋ ਕੇ ਕਦੇ ਅਚਾਨਕ ਸੱਚੀ ਸਹੁੰ ਵੀ ਇੱਕ ਵਾਰੀ ਮੂੰਹ ਚੋਂ ਖਾਧੀ ਜਾਵੇ ਤੇ ਇੱਕ ਵਾਰੀ ਨਰਕ ਦਾ ਦੁੱਖ ਜ਼ਰੂਰ ਭੋਗਣਾ ਪੈਂਦਾ ਹੈ, ਭਾਵੇਂ ਗੁਰੂ ਕੇ ਪਿਆਰੋ ਰਹਿਤ ਵਾਲਾ ਵੀ ਹੋਵੇ ਜੇ ਸਹੁੰ ਖਾਵੇ। ਇੱਥੋਂ ਤੱਕ ਇਹ ਮਹਾਂਪੁਰਖਾਂ ਦਾ ਨਿਸ਼ਚਾ ਸੀ, ਉਹਨਾਂ ਦੇ ਰਸਨਾ ਤੋਂ ਬਚਨ ਦਾਸ ਨੇ ਸੁਣਿਆ ਹੈ, ਇੰਨਾ ਤਕੜਾ ਨਿਸ਼ਚਾ ਹੋਣਾ ਚਾਹੀਦਾ ਸਿੱਖ ਦਾ, ਜਿੰਦ ਭਾਵੇਂ ਨਿਕਲ ਜਾਵੇ ਉਹ ਭਰੋਸਾ ਕਰੇ ਤੇ ਚਾਹੇ ਨਾ ਕਰੇ ਗੁਰੂ ਦਾ ਨਾਮ ਲੈ ਤੇ ਸਹੁੰ ਕਦੇ ਨੀ ਖਾਣੀ ਗੁਰੂ ਕੇ ਸਿੱਖ ਨੇ। ਉਹ ਜਿਹੜਾ ਸਿੱਖੀ ਲਿਬਾਸ ਤੇ ਸਿੱਖ ਦੀ ਜ਼ਬਾਨ ਤੇ ਭਰੋਸਾ ਨਹੀਂ ਕਰਦਾ ਤੇ ਉਹ ਸਹੁੰ ਖਾ ਕੇ ਕਰ ਲਵੇਗਾ, ਪਰ ਇਹ ਸਹੁੰ ਖਾਂਦੇ ਕਿਉਂ ਹੈ ਤੇ ਲੋਕੀ ਭਰੋਸਾ ਕਿਉਂ ਨੀ ਕਰਦੇ? ਅੱਜ ਦਾ ਸਿੱਖ ਸੌ ਸਹੁੰ ਖਾ ਕੇ ਤੇ ਫੇਰ ਵੀ ਘਰਦਿਆਂ ਨੂੰ ਠੱਗਣੋਂ ਨੀ ਹਟਦਾ ਤੇ ਮੁੜ ਕੇ ਕਹਿੰਦਾ ਮੈਂ ਚੌਧਰੀ ਹੈ। ਇਸ ਵਾਸਤੇ ਗੁਰੂ ਕੇ ਪਿਆਰੇ ਇਹ ਸਹੁੰ ਨੂੰ ਵੀ ਖਿਡੌਣਾ ਬਣਾ ਲਿਆ, ਜਿਵੇਂ ਅੱਜ ਦੇ ਲੋਕਾਂ ਨੇ ਹੁਕਮਨਾਮੇ ਨੂੰ ਸੁਣਛਣਾ ਬਣਾਇਆ ਹੋਇਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਆਪਣੇ ਪਿਆਰ ਨੂੰ ਅਡੋਲ ਨਿਸ਼ਚਾ ਬਖਸ਼ਣ। ਉਹ ਝੂਠੀ ਸਹੁੰ ਖਾਣ ਤੋਂ ਪੰਚਾਇਤ ਨੇ ਗੱਲ ਮੰਨ ਲਈ, ਇਹਨੇ ਸਹੁੰ ਖਾ ਲਈ ਹੈ ਤੇ ਸਹੁੰ ਤੋਂ ਵੱਡੇ ਤੱਕ ਕੋਈ ਗੱਲ ਗਵਾਹੀ ਦੀ ਰਹਿ ਨਹੀਂ ਜਾਂਦੇ। ਉਹ ਛੋਟੇ ਨੂੰ ਵਿਚਾਰੇ ਨੂੰ ਬੇਦਖਲ ਕਰ ਦਿੱਤਾ, ਬੜਾ ਉਦਾਸ ਹੋਇਆ। ਪਰ ਸਮਾਂ ਪੈਣ ਤੇ ਜਿਹਦੇ ਨਾਲ ਬਹੁਤਾ ਪਿਆਰ ਹੋਵੇ, ਅੰਤ ਜਿੱਤ ਲਾਗੋ ਮਨ ਬਾਸਨ ਅੰਤ ਸਾਈ ਪ੍ਰਗਟਾਨੀ, ਜਿਸ ਪਾਸੇ ਮਨ ਦੀ ਸੁਰਤੀ ਲੱਗੀ ਹੋਵੇ, ਸੰਕਲਪ ਹੋਵੇ, ਫੁਰਨਾ ਹੋਵੇ, ਉਸੇ ਰਸਤੇ ਜੀਵ ਨੂੰ ਜਾਣਾ ਪੈਂਦਾ। ਮੰਦਰ ਦਾ ਫੁਰਨਾ ਰਹਿ ਗਿਆ, ਪ੍ਰੇਤ ਬਣ ਗਿਆ। ਸਤਿਗੁਰੂ ਸੱਚੇ ਪਾਤਸ਼ਾਹ ਉੱਥੇ ਪਹੁੰਚੇ ਹਨ, ਰਾਤ ਨੂੰ ਪ੍ਰੇਤ ਆਇਆ, ਭਾਗਾਂ ਵਾਲਾ ਫੇਰ ਵੀ ਬਣ ਗਿਆ, ਜਿਹਨੇ ਆ ਕੇ ਅਕਾਲ ਪੁਰਖ ਦੇ ਸਰਗੁਣ ਸਰੂਪ ਦੇ ਦਰਸ਼ਨ ਕੀਤੇ, ਸਤਿਗੁਰ ਦੇ ਚਰਨ ਤੇ ਬੇਨਤੀ ਕੀਤੀ, ਮੈਥੋਂ ਕੋਈ ਸੇਵਾ ਲਵੋ। ਮਹਾਰਾਜ ਕਹਿਣ ਲੱਗੇ ਜੋ ਕਰ ਸਕਦਾ ਕਰ ਲੈ, ਸਤਿਗੁਰ ਦੇ ਪਾਣੀ ਦੇ ਨੇੜੇ ਤਾਂ ਮੈਂ ਜਾ ਨਹੀਂ ਸਕਦਾ, ਜਿਸ ਚੀਜ਼ ਨੂੰ ਮੈਂ ਹੱਥ ਲਾਉਂਦਾ ਉਹ ਭ੍ਰਿਸ਼ਟੀ ਹੋ ਜਾਂਦੀ ਹੈ, ਖਰਾਬ ਹੋ ਜਾਂਦੀ। ਮਹਾਰਾਜ ਕਹਿੰਦੇ ਭਾਈ ਫਿਰ ਜਿਹੜੀ ਤੈਨੂੰ ਸੇਵਾ ਚੰਗੀ ਲੱਗਦੀ ਤੂੰ ਉਹ ਕਰ ਲੈ। ਗੰਨਿਆਂ ਦੇ ਕਮਾਲ ਦੇ ਇੱਕ ਦੇ ਖੇਤ ਵਿੱਚ ਗਿਆ, ਉੱਥੋਂ ਗੰਨਿਆਂ ਦੀ ਪੰਡ ਪੱਟ ਕੇ ਲਿਆਇਆ, ਸਤਿਗੁਰੂ ਦੇ ਹਾਜ਼ਰ ਕੀਤੀ। ਗੁਰੂ ਗਰੀਬ ਨਿਵਾਜ ਨੇ ਗੰਨੇ ਚੂਪੇ ਹਨ, ਗੰਨੇ ਚੂਪ ਕਰਕੇ ਜਿਹੜੀਆਂ ਛਿਲਕਾਂ ਬਾਹਰ ਸਿੱਟੀਆਂ, ਉਹ ਭਾਈ ਮਤੀ ਦਾਸ ਨੇ ਸੀਤ ਪ੍ਰਸ਼ਾਹ ਜਾਣ ਕੇ ਛਕ ਲਈਆਂ, ਚੂਪ ਲਈਆਂ, ਉਹਦਾ ਰਸਾ ਪ੍ਰਾਪਤ ਕਰਕੇ ਇਤਨੀ ਤਾਕਤ ਹਾਸਲ ਹੋ ਗਏ। ਭਾਈ ਮਤੀ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹ ਜਿਹੜੇ ਜਾਲਮ ਆਪ ਜੀ ਦਾ ਅਪਮਾਨ ਕਰ ਰਹੇ, ਕੌੜੇ ਬਚਨ ਬੋਲਦੇ, ਕਦੇ ਕੁੱਝ ਕਹਿੰਦੇ ਹੈ, ਆਗਿਆ ਦੇ ਦੇਵਾਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦੇਵਾਂ, ਆਗਿਆ ਦੇਵਾਂ ਤਰਕਾਨੀ ਨੂੰ ਗਰਕ ਕਰ ਦੇਵਾਂ। ਮਹਾਰਾਜ ਹੱਸ ਪਏ। ਆ ਕਈ ਲੋਕ ਕਹਿੰਦੇ ਨਾ ਜੇ ਕਰਾਂ ਮਾਂ ਤਾਂ ਮਨ ਟਕਾ ਦਿਓ, ਜੇ ਤੁਸੀਂ ਸੰਤ ਹੈ ਤੇ ਸਾਨੂੰ ਸ਼ਾਂਤੀ ਬਖਸ਼ ਦਿਓ। ਨਾਟਕ ਚੇਤਕ ਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ, ਕਬੀਰ ਰਿੱਧ ਸਿੱਧ ਜਾਤੋ ਫੁਰੀ, ਤਬ ਕਾਹੂ ਸਿਉ ਕਿਆ ਕਾਜ,
ਤੇਰੇ ਕਹਿਣੇ ਕੀ ਗੱਤ ਕਿਆ ਕਹੋ ਮੈਂ ਬੋਲ ਤੇ ਵੱਡ ਲਾਜ। ਭਗਤੀ ਕਹਿੰਦੇ ਸਾਨੂੰ ਤਾਂ ਸ਼ਰਮ ਆਉਂਦੀ ਅਸੀਂ ਇਹ ਗੱਲਾਂ ਕਰੀਏ ਕਿ ਤੇ ਗੁਰੂ ਦੇ ਪਿਆਰਿਆ ਜੀ ਨੇ 10-15-20 ਸਾਲ ਲਾਏ ਹੋਣ ਤੇ ਤੂੰ ਉੱਠ ਕੇ ਸੌ ਕੇ ਘਰਾਂ ਤੇ ਆ ਕੇ ਕਹਿ ਦੇ ਆ ਬਾਬਾ ਜੀ ਕਮਾਈ ਮੈਨੂੰ ਦੇ ਦਿਓ ਤੇ ਤੂੰ ਫੇਰ ਟੱਕਰਾਂ ਮਾਰਦਾ ਨਹੀਂ, ਉਹ ਬਾਬੇ ਦਾ ਦਿਮਾਗ ਖਰਾਬ ਤਾਂ ਨਹੀਂ ਜਿਹੜਾ ਤੈਨੂੰ ਦੇ ਦੇਗਾ। ਕਮਾਈ ਕਰ, ਜੇ ਕਮਾਈ ਕਰਨ ਦੇ ਬਾਵਜੂਦ ਵੀ ਤੈਨੂੰ ਨਾ ਮਿਲੇਗਾ ਫਿਰ ਬਾਬੇ ਨਾਲ ਗੱਲ ਕਰ ਰਹੇ ਆਪੇ ਤੈਨੂੰ ਕਿਸੇ ਪਾਸੇ ਤੋਰੂ। ਬਾਣੀ ਪੜ੍ਹਨੀ ਨੇ, ਰਹਿਤ ਰੱਖਣੀ ਕੋਈ ਨੀ, ਗਾਤਰੇ ਕਿਰਪਾ ਨੇ, ਚਿੱਲੀ ਤੇ ਟੰਗ ਕੇ ਭੁੱਲ ਜਾਣਾ। ਇੱਕ ਮਿਲਿਆ ਰੇਲ ਦੇ ਵਿੱਚ ਭਾਈ ਤੇਰੇ ਕਿਰਪਾਨ, ਬਾਬਾ ਜੀ ਸੁਭਾਅ ਪਿਆ ਸੀ ਮੰਜੇ ਦੇ ਸਰਾਣੇ ਰਹਿ ਗਏ। ਤੁਸੀਂ ਸ਼ਾਇਦ ਅਖਬਾਰਾਂ ਚ ਖਬਰ ਸੁਣੀ ਹੋਵੇਗੀ, 3 ਮਹੀਨੇ ਦੀ ਗੱਲ ਹੈ, ਪੰਜਾਬ ਦੇ ਵਿੱਚੋਂ ਬਾਘਾ ਪੁਰਾਣੇ ਥਾਣੇ ਦੀ ਇੱਕ ਖਬਰ ਤੇ ਥਾਣੇਦਾਰ ਜੋ ਹੈ ਕਿਸੇ ਨੂੰ ਪਕੜਨ ਵਾਸਤੇ ਤੇ ਉਹਨਾਂ ਨੇ ਸ਼ਰਾਬ ਦੀ ਬੋਤਲ ਲਿਆ ਕੇ ਦੇ ਦਿੱਤੀ, ਸ਼ਰਾਬ ਪੀ ਲਈ ਉਹਨੇ ਤੇ ਰਾਤ ਨੂੰ ਉੱਥੇ ਸੌਂ ਗਿਆ ਪਿੰਡ ਵਿੱਚ ਹੀ ਤੇ ਆਪਣੀ ਪੇਟੀ ਲਾਹ ਕੇ ਪਿਸਤੌਲ ਰਿਵਾਲਵਰ ਲਾਹ ਕੇ ਉਹਨੇ ਰੱਖ ਦਿੱਤਾ ਫੀਕੇ ਜਿਹੜੇ ਸਮੇਤ ਤੇ ਉਹ ਕੁੱਤਾ ਆਇਆ ਤੇ ਕੁੱਤਾ ਲੈ ਗਿਆ ਵਰਦੀ ਤਾਂ ਤੇ ਪਿਸਤੌਲ ਖਿੱਚਿਆ ਨਾ ਗਿਆ। ਤੇ ਅਖਬਾਰ ਦੀ ਖਬਰ ਹੈ ਅਕਾਲੀ ਪੱਤਰਕਾਰ ਦੇ ਤੇ ਉਹ ਅਗਲੇ ਦਿਨ ਅਖਬਾਰਾਂ ਵਿੱਚ ਖਬਰ ਆਏ ਕਿ ਥਾਣੇਦਾਰ ਦੀ ਪੇਟੀ ਨਹੀਂ ਠਿਉਂਦੇ ਤੇ ਰਿਵਾਲਵਰ ਵੀ ਕੁੱਤਾ ਲੈ ਚੱਲਿਆ ਸੀ ਪਰ ਰੱਸੀ ਲੰਮੀ ਹੋਣ ਕਰਕੇ ਉੱਥੇ ਰਹਿ ਗਿਆ। ਪਿਆਰਿਆ ਉਹ ਤਾਂ ਪੇਟੀ ਚੰਮਦੀ ਹੈ ਤੇ ਛਿਆ ਜਾਵੇਗੀ ਤੇ ਕਿਰਪਾਨ ਤੇਰਾ ਧਰਮ ਦਾ ਚਿੰਨ, ਉਹ ਕੁੱਤਾ ਹੀ ਤੇਰਾ ਧਰਮ ਲਏਗਾ ਤੇ ਬੰਦੇ ਤੋਂ ਆਪਣਾ ਧਰਮ ਤੂੰ ਕਿਵੇਂ ਬਚਾਵੇਂਗਾ ਜ਼ਾਲਮ ਤੋਂ। ਇਹ ਸਿੱਖਾ ਤੇਰੇ ਸਿੱਖੀ ਪੱਲੇ ਰਹਿ ਗਈ, ਤੂੰ ਆਪਣਾ ਧਰਮ ਹੀ ਛੱਡ ਦਿੱਤਾ ਹੈ। ਹੁਣ ਇਹ ਸੁਣ ਕੇ ਹਟੇ ਕਿ ਸਿਰ ਪਾਵੀਂ ਦੇ ਦੀਏ ਧਰਮ ਨਾ ਛੱਡ ਗਏ ਤੇ ਤੈਨੂੰ ਇਹੀ ਔਖੀ ਹੋ ਗਈ ਕਿ ਤੂੰ ਕਿਰਪਾਨ ਪਾਉਣੀ ਬੜੀ ਮੁਸ਼ਕਲ ਸਮਝਦਾ ਹੈ। ਸੋ ਰਹੋ ਵਿਚਾਰ ਇਸ ਪਾਸੇ ਅੱਗੇ ਬੇਨਤੀ ਕਰਾਂਗਾ। ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਉਹਨੇ ਲਿਆ ਕੇ ਸੇਵਾ ਕੀਤੀ, ਮਤੀ ਦਾਸ ਸ਼ਕਤੀ ਪ੍ਰਾਪਤ ਹੋਈ। ਇਹ ਬਚਨ ਸੁਣ ਕਰਕੇ ਦਿੱਲੀ ਤੇ ਲਾਹੌਰ ਦੇ ਟਕਰਾਉਣ ਦੇ ਉਹਦਾ ਸਿਪਾਹੀ ਜਿਹੜਾ ਦੂਤ ਸੀ ਔਰੰਗਜ਼ੇਬ ਦਾ ਉਹਦੇ ਪਾਸ ਗਿਆ, ਜਾ ਕਰਕੇ ਕਹਿਣ ਲੱਗਾ ਬਾਦਸ਼ਾਹ ਤੂੰ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨਾ ਚਾਹੁੰਦਾ ਹੈ, ਮੁਸਲਮਾਨ ਬਣਾਉਣਾ ਚਾਹੁੰਦਾ ਹੈ, ਤੂੰ ਗੁਰੂ ਕੇ ਸਿੱਖ ਨੂੰ ਵੀ ਮੁਸਲਮਾਨ ਨਹੀਂ ਬਣਾ ਸਕੇਗਾ, ਗੁਰੂ ਨੂੰ ਮੁਸਲਮਾਨ ਬਣਾਉਣ ਤਾਂ ਬੜੀ ਦੂਰ ਦੀ ਗੱਲ ਹੈ। ਕੀ ਗੱਲ, ਗੁਰੂ ਕੇ ਸਿੱਖ ਨੇ ਅੱਜ ਆਹ ਗੱਲ ਕਹੀ ਹੈ ਕਿ ਦਿੱਲੀ ਤੇ ਲਾਹੌਰ ਮੈਂ ਟਿਕਾ ਸਕਦਾ ਹਾਂ। ਈਰਖਾ ਦੀ ਅੱਗ ਦਾ ਸਾੜਿਆ ਹੋਇਆ ਕੋਲੇ ਬਣ ਗਿਆ ਗੁਰੂ ਕੇ ਪਿਆਰੇ, ਸੜ ਕਰਕੇ ਈਰਖਾ ਦੀ ਅੱਗ ਵਿੱਚ ਉਸ ਵੇਲੇ ਆਪਣੇ ਦੂਤ ਨੂੰ ਭੇਜਿਆ, ਭਾਈ ਮਤੀ ਦਾਸ ਜੀ ਨੂੰ ਪੂਰਨ ਬ੍ਰਹਮ ਗਿਆਨੀ ਤੇ ਨਿਸ਼ਚੇ ਵਾਲੇ ਗੁਰਸਿੱਖ ਨੂੰ ਆਪਣੇ ਪਾਸ ਬੁਲਾਇਆ ਔਰੰਗਜ਼ੇਬ ਨੇ। ਕਹਿਣ ਲੱਗਾ ਮਤੀ ਦਾਸ ਤੂੰ ਇਹ ਗੱਲ ਕਹੀ ਤੇ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਖੜਕਾ ਦੇਵਾਂਗਾ, ਜੇ ਤਾਂ ਅੱਜ ਦੇ ਆਪਣੇ ਸਿੱਖਾਂ ਵਰਗਾ ਹੁੰਦਾ ਜੇ ਕਿਰਪਾਨ ਪਾਉਣੀ ਵੀ ਔਖੀ ਤੇ ਕਛਹਿਰਾ ਪਾਉਣਾ ਵੀ ਗਰਮੀ ਤੇ ਧੋਤ ਲੈਣੇ 5 ਗਜ ਦੀ ਵੱਧੀ ਹੋਵੇ, ਉਹ ਇਹਨਾਂ ਗਰਮੀ ਨੂੰ 2 ਮੀਟਰ ਦੇ ਕਛਹਿਰੇ ਨਾਲ ਮੁੜਤਾ ਆਉਂਦਾ ਹੈ। ਪਰ ਉਹ ਪੂਰਨ ਗੁਰਸਿੱਖ ਸੀ, ਸਤਿਗੁਰ ਤੇ ਭਰੋਸੇ ਵਾਲਾ ਸੀ, ਗੁਰੂ ਘਰ ਦੇ ਨਾਲ ਪਿਆਰ ਕਰਨ ਵਾਲਾ ਸੀ। ਉਸ ਪਿਆਰੇ ਨੇ ਉਸ ਵੇਲੇ ਚੰਗੀ ਤਰ੍ਹਾਂ ਖੜਕ ਕੇ ਕਿਹਾ ਹੈ ਕੀ ਨਹੀਂ ਮੰਨੀ ਆ ਫਲਾਨੇ ਦਾ ਕਾਰਖਾਨਾ, ਜੇ ਮੈਂ ਇੱਥੇ ਕਿਰਪਾਨ ਪਾ ਲਈ ਨਾ ਮੈਨੂੰ ਕੱਢ ਦੇਗਾ, ਫਲਾਨੇ ਦੀ ਇੱਥੇ ਫੈਕਟਰੀ ਚੱਲਦੀ ਉੱਥੇ ਮੈਂ ਗਿਆ ਤੇ ਸ਼ਹਿਣ ਕਰੇ ਕਛਹਿਰਾ ਨਾਲ ਲਵਾ ਦੇਣ ਕੀ ਥੋੜਿਆ ਖੜਾ ਤੇਰੀ ਅਸੀਂ ਕਮਾਈ ਵੱਲੋਂ ਸਿੱਖਾਂ। ਨਿਗਾਹ ਮਾਰ ਮਤੀ ਦਾਸ ਵੱਲ, ਹਿੰਦੁਸਤਾਨ ਦਾ ਰਾਜਾ, 2,50,000 ਫੌਜ ਦਾ ਮਾਲਕ ਤੇ ਮਤੀ ਦਾਸ ਨੂੰ ਆਪਣੇ ਸਾਹਮਣੇ ਤਿਆਰ ਕੇ ਪੁੱਛ ਰਿਹਾ ਕਿ ਤੂੰ ਦੱਸ ਗੱਲ ਕਹੀ ਹੈ, ਇਹਦਾ ਨਾਮ ਹੈ ਜੀਵਨ ਸੱਚ ਬੋਲਿਆ ਹੈ। ਕਹਿਣ ਲੱਗਾ ਜਾਲਮ ਰਾਜੇ ਇਹ ਵੀ ਨਾ ਕਹਿੰਦਾ ਕਿ ਅੱਗੇ ਕਹੀ ਸੀ ਹੁਣ ਵੀ ਕਹਿੰਦਾ, ਪਿੱਛੇ ਵੀ ਕਹੀ ਸੀ, ਗਾਂ ਨੂੰ ਪੁੱਛੇਗਾ ਤਾਂ ਵੀ ਕਹਾਂਗਾ, ਸੱਚ ਦਾ ਕਰੇ ਪੱਲਾ ਨੂੰ ਛੱਡਣਾ, ਝੂਠ ਦੇ ਕਰੇ ਨੇੜੇ ਨਹੀਂ ਲੱਗਾਂਗਾ, ਤੂੰ ਦੱਸ ਕੀ ਚਾਹੁੰਦਾ। ਮਤੀ ਦਾਸ ਫਿਰ ਵਿਖਾ ਸਕਦਾ, ਹਾਂ ਜੇ ਗੁਰੂ ਸਾਹਿਬ ਦੀ ਆਗਿਆ ਹੋ ਜਾਵੇ ਫੇਰ ਵਿਖਾ ਸਕਦਾ, ਗੁਰੂ ਦੀ ਆਗਿਆ ਬਿਨਾਂ ਮੁਸ਼ਕਲ ਹੈ। ਸੋ ਸਿੱਖ ਸਦਾ ਬੰਧ ਪਾਏ, ਭਾਈ ਜੇ ਗੁਰ ਤੇ ਭਾਣੇ ਵਿੱਚ ਆਵੇ ਆਪਣਾ ਭਾਣਾ ਜੋ ਚੱਲੇ, ਭਾਈ ਵਿਛੜ ਚੋਟਾਂ ਖਾਵੇ, ਗੁਰੂ ਦੇ ਭਾਣੇ ਵਿੱਚ ਚੱਲਣਾ ਗੁਰੂ ਤੇ ਸਿੱਖ ਦਾ ਪਰਮ ਧਰਮ ਹੈ। ਸਤਿਗੁਰੂ ਤੋਂ ਇੱਕ ਵਾਰੀ ਆਗਿਆ ਦਵਾ ਲੈ ਫਿਰ ਦੇ, ਕਿਵੇਂ ਦਿੱਲੀ ਤੇ ਲਾਹੌਰ ਦੀਆਂ ਇੱਟਾਂ ਖੜਕਦੀਆਂ ਨਹੀਂ। ਸਤਿਗੁਰੂ ਨੇ ਆਗਿਆ ਦਿੱਤੀ, ਮਤੀ ਦਾਸ ਨੂੰ ਲਾਲਚ ਦੇ ਕਰਕੇ ਭਰਮਾਉਣਾ ਚਾਹੁੰਦਾ ਹੈ। ਮਤੀ ਦਾਸ ਨੂੰ ਕਹਿਣ ਲੱਗਾ ਔਰੰਗਜ਼ੇਬ, ਮਤੀ ਦਾਸ ਜੇ ਮੇਰੀ ਇੱਕ ਗੱਲ ਮੰਨ ਲਵੇ ਤੇਰੀ ਜਿੰਦੀ ਨਹੀਂ ਬਚੇਗੀ, ਤੇਰਾ ਵਿਆਹ ਵੀ ਕਰ ਦਿਆਂਗਾ, ਤੇਰੇ ਨਾਲ ਲੜਕਿਆਂ ਜਿਹੜੇ ਸੂਬੇ ਨਵਾਬ ਉਹਨਾਂ ਦੀਆਂ ਲੜਕੀਆਂ ਤੇਰੇ ਨਾਲ ਵਿਆਹ ਨਿਕਾਹ ਦਿਆਂਗਾ, ਕੀ ਗੱਲ ਹੈ ਗੱਲ ਤਾਂ ਦੱਸ। ਔਰੰਗਜ਼ੇਬ ਕਹਿਣ ਲੱਗਾ ਇੱਕ ਤਾਂ ਸ਼ਰਾਬ ਪੀ ਲੈ, ਇੱਕ ਤੰਬਾਕੂ ਚੱਲ, ਮੂੰਹ ਤੋਂ ਦਾੜਾ ਸਿਰ ਤੋਂ ਕੇਸ ਕਟਾ ਦੇ ਤੇ ਇੱਕ ਵਾਰੀ ਕਹਿ ਦੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਸਿੱਖ ਨਹੀਂ। ਮਤੀ ਦਾਸ ਹੱਸਿਆ, ਕੁਝ ਕੁ ਮੁਸ਼ਕੜਾਇਆ ਹੈ। ਉਸ ਵੇਲੇ ਪੁੱਛਿਆ ਔਰੰਗਜ਼ੇਬ ਨੇ ਤੂੰ ਖੁਸ਼ ਹੈ ਵਿਆਹ ਕਰਾਉਣ ਵਿੱਚ,
ਉਹਦਾ ਪਿਆਰ ਸੀ ਕਿ ਸ਼ਾਇਦ ਜਵਾਨ ਹੈ, ਇਹਦੀ ਸ਼ਾਦੀ ਨਹੀਂ ਹੁੰਦੀ ਹੋਣੀ, ਲਾਲ ਚੋਲੇ ਦਾ ਵਿਆਹ ਰਹਿਣ ਤਾਂ ਖੁਸ਼ ਹੋ ਗਿਆ, ਪਰ ਉਹਨੂੰ ਕੀ ਪਤਾ ਸੀ ਸਿੱਖ ਦੀ ਅਵਸਥਾ ਕਿੱਥੇ ਚੜੀ ਹੈ, ਸੁਰਤ ਕਿਹੜੇ ਪਾਸੇ ਹੈ, ਬ੍ਰਹਮ ਵਿੱਚ ਹੈ ਕਿ ਧੂਣੀ ਵਿੱਚ ਹੈ, ਇਹਦਾ ਵਿਸਤਾਰ ਮੈਂ ਤਾਂ ਨਹੀਂ ਉਸ ਪਾਸੇ ਪਿਆ ਕੇ ਕੱਲ ਨੂੰ ਦੱਸ ਦਿਆਂਗੇ ਜਦੋਂ ਪੁੱਛਣਗੇ ਪਿਆਰੇ ਸ਼ਬਦ ਕੀ ਆ, ਸੁਰਤ ਕੀ ਆ, ਤੇ ਧੁਣ ਕੀ ਆ, ਤੇ ਮੂਲ ਮੰਤਰ ਕੀ ਆ, ਤੇ ਮਾਂ ਸਥਾਨ ਬਾਰੇ ਜਿਹੜੀ ਵਿਚਾਰ ਕਹੋਗੇ, ਜਿੰਨੀ ਕਹੋਗੇ ਉਹਦੇ ਵਾਸਤੇ ਬੇਨਤੀ ਕਰਾਂਗਾ ਕੱਲ ਨੂੰ। ਸੋ ਅੰਮ੍ਰਿਤ ਛਕਾਉਣਾ ਕਰਕੇ ਇਹ ਪ੍ਰਸੰਗ ਸ਼ਹੀਦ ਦਾ ਆਰੰਭ ਕੀਤਾ ਹੈ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦਾ ਪਿਆਰਾ ਹੱਸਿਆ, ਔਰੰਗਜ਼ੇਬ ਨੇ ਦੂਜੀ ਵਾਰੀ ਫੇਰ ਕਿਹਾ, ਫੇਰ ਖਿੜਖਿੜਾ ਕੇ ਹੱਸ ਪਿਆ, ਤੀਜੀ ਵਾਰੀ ਪੁੱਛਿਆ, ਕਹਿ ਦਿੱਤਾ ਵਧਾਈ ਹੋਵੇ, ਮੁਬਾਰਕਬਾਦ ਹੋਵੇ, ਮਤੀ ਦਾਸ ਚੁੱਪ ਵੱਟ ਲਈ। ਔਰੰਗਜ਼ੇਬ ਕਹੇਗਾ ਮਤੀ ਦਾਸ ਜਦੋਂ ਵਿਆਹ ਦਾ ਨਾਂ ਲਿਆ ਸੀ, ਮੰਗਣੇ ਦਾ ਤੇਰਾ ਨਾਂ ਲਿਆ ਸੀ, ਉਦੋਂ ਖੁਸ਼ ਸੀ, ਤੇ ਜੇ ਹੁਣ ਜਾਣ ਵਾਸਤੇ ਪ੍ਰਪੱਕਤਾ ਕਰ ਦਿੱਤੀ ਤੇ ਤੂੰ ਉਦਾਸ ਹੋ ਗਿਆ, ਚੁੱਪ ਕਿਉਂ ਹੋ ਗਿਆ? ਕਹਿਣਗਾ ਚੁੱਪ ਨੀ, ਤੇਰੀ ਗੁਸਾਖੀ ਦੀ ਪੱਤੀ ਹੈ। ਹੈਰਾਨ ਹੋ ਗਿਆ ਹਿੰਦੁਸਤਾਨ ਦਾ ਰਾਜਾ, ਜ਼ਾਲਮ ਰਾਜਾ, ਹਕੂਮਤ ਵੀ ਦੂਜੀ, ਕੀ ਗੱਲ, ਗੁਸਾਖੀ ਮੈਥੋਂ ਕੀ ਹੈ, ਕੀ ਹੋਈ ਹੈ? ਔਰੰਗਜ਼ੇਬ ਪੁੱਛਦਾ, ਕਹਿਣ ਲੱਗਾ ਖਿਆਲ ਕਰ, ਸਮਾਸੀ ਦੁਨੀਆ ਦੇ ਉੱਪਰ ਹਿੰਦੁਸਤਾਨ ਦੀ ਜਿਹੜੀ ਨੌਜਵਾਨ ਕੋਈ ਲੜਕੀ ਸੀ ਉਹਨਾਂ ਦੀ ਇੱਜ਼ਤ ਤੁਹਾਡੇ ਵਰਗੇ ਜਰਵਾਣੇ ਲੁੱਟਦੇ ਸੀ, ਅੱਜ ਮੈਨੂੰ ਬੇਕਸੂਰੇ ਨੂੰ, ਬੇਦੋਸ਼ੇ ਨੂੰ ਕਟਹਿਰੇ ਦੇ ਵਿੱਚ ਸੋ ਗ੍ਰਿਫਤਾਰ ਕਰਕੇ, ਖੜਾ ਕਰਕੇ, ਦੋਸ਼ੀ ਠਹਿਰਾ ਕਰਕੇ, ਝੂਠਾ ਦੋਸ਼ੀ ਕਰਾਰ ਦੇ ਕਰਕੇ ਮੇਰੇ ਤੇ ਤੁਸੀਂ ਫਤਵਾ ਲਾਉਣਾ ਚਾਹੁੰਦੇ ਹੋ, ਪਰ ਮੈਨੂੰ ਮਾਣ ਤੇ ਫਖਰ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਿੱਖੀ ਤੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਤੇ, ਸੱਚੇ ਪਾਤਸ਼ਾਹ ਪਵਿੱਤਰ ਉਪਦੇਸ਼ ਤੇ। ਕਿਉਂ? ਕਹਿ ਲੱਗਾ ਕਿ ਇਹ ਧੀਆਂ ਦੀ ਇੱਜ਼ਤ ਲੁੱਟਣ ਵਾਲੇ ਅੱਜ ਮੈਨੂੰ ਬੇਦੋਸ਼ੇ ਨੂੰ, ਮੁਰਜਮ ਬਣੇ ਹੋਏ ਨੂੰ, ਆਪਣੀਆਂ ਧੀਆਂ ਦੀਆਂ ਲੜਕੀਆਂ ਦੇ ਦੋਲੇ ਦਿੰਦੇ ਹਨ, ਪਰ ਐਸੇ ਦੋਲਿਆਂ ਨੂੰ ਮੈਂ ਜੁੱਤੀ ਦੀ ਨੋਕ ਨਾ ਠਕਾਉਂਦਾ, ਗੁਰੂ ਤੇਗ ਬਹਾਦਰ ਸਾਹਿਬ ਦੀ ਸਿੱਖੀ ਨਹੀਂ ਛੱਡਾਂਗਾ। ਇਹਦਾ ਨਾਮ ਸੀ ਪਿਆਰੋ ਸਿੱਖੀ। ਤੇ ਅੱਜ ਕੀ ਹੈ, ਜਿਹੜਾ ਕਿ ਪੰਜਾਬ ਚ ਨਵਾਂ ਆਉਂਦਾ ਨੌਜਵਾਨ, ਉਹ ਕੁਝ ਵਰਗੀ ਦਾੜੀ ਕਰ ਲੈਂਦਾ, ਮਤੀਰੇ ਵਰਗਾ, ਹਡਵਾਣੇ ਵਰਗਾ ਸਿਰ ਕੱਢ ਲੈਂਦਾ ਹੈ। ਤੇ ਜਿਹੜੇ ਇੱਧਰ ਵੀਰ ਹੈ ਉਹਨਾਂ ਦਾ ਇੱਕ ਤਾਂ ਫਾਇਦਾ ਹੈ ਕਿ ਦਾੜੀਆਂ ਕੇਸ ਹੈ, ਪਰ ਭਾਈ ਕਿਰਪਾਨ ਪਾਉਣ ਤੋਂ ਕਿਉਂ ਜਕਦੇ ਹੈ? ਕਾਗਜ਼ ਹੋਵੇ ਕੋਲਾ ਦੀ ਕੋਈ ਕੀਮਤ ਨਹੀਂ, ਉਹਦੇ ਤੇ ਮੋਹਰ ਜਿੰਨੇ ਰੁਪਈਆਂ ਦੀ ਲਾ ਦੇਵਾਂਗੇ ਓਨੀ ਕੀਮਤ ਦਾ ਬਣ ਜਾਵੇਗਾ। ਜੇ ਗੁਰੂ ਤੇ ਪਿਆਰੇ ਫੌਜੀ ਵਸਤਰ ਨਹੀਂ ਪਹਿਨੇ, ਫੀਤਾ ਨਹੀਂ ਲੱਗਾ, ਕਿਸੇ ਨੇ ਗੱਲ ਨਹੀਂ ਜੇ ਪੁੱਛਣੀ, ਨਾ ਤੁਸੀਂ ਉਸ ਮਿਲਟਰੀ ਵਿੱਚ ਫੌਜ ਜਾ ਕਰਕੇ ਤੋ ਕਹਿ ਸਕਦੇ ਕਿ ਅਸੀਂ ਭਰਤੀ ਕਦੇ ਨਹੀਂ ਕਹਿ ਸਕੋਗੇ, ਜਿੰਨਾ ਚਿਰ ਸਤਿਗੁਰੂ ਦੇ ਕਿਰਪਾਨ ਦੀ ਮੋਹਰ ਨਹੀਂ ਲੱਗੀ। ਕੀ ਪਤਾ ਕਿਹਦੇ ਪਾਸ਼ਕ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਨੇ ਜੋ ਜਵਾਬ ਦਿੱਤਾ, ਕਾਜੀ ਕੋਲ ਖੜਾ ਸੀ, ਜਿਵੇਂ ਅੱਜ ਕੱਲ੍ਹ ਜੱਜ ਕਹਿ ਲਈਏ, ਮਜਿਸਟਰ ਸੋ ਮਜਿਸਟਰੇਟ ਕਹਿ ਲਈਏ, ਫਤਵਾ ਲਾਉਣ ਵਾਲੇ ਇਹ ਮੁਸਲਮਾਨੀ ਮਜ਼ਹਬ ਦੇ ਵਿੱਚ ਇਹ ਕਾਜੀਆਂ ਨੂੰ ਫਤਵਾ ਲਾਉਣ ਦਾ ਹੱਕ ਸੀ। ਉਸ ਵੇਲੇ ਲਾਲ ਕਤੇਬ ਕੱਢ ਲਏ, ਕੱਢ ਕੇ ਦੋ ਪੱਤਰੇ ਉਧਰੋਂ ਲੱਗੇ, ਦੋ ਦੂਜੇ ਪਾਸੇ, ਕਹਿਣ ਲੱਗੇ ਵੀ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਜ਼ ਦਿੱਤਾ ਜਾਵੇ। ਕੀ ਗ੍ਰਹਿ ਕੀਤਾ ਭਾਈ ਮਤੀ ਦਾਸ ਨੇ? ਕੋਈ ਬੇਪਤੀ ਵਾਲੀ ਗੱਲ ਨਹੀਂ ਕੀਤੀ, ਕੋਈ ਕਿਸੇ ਦੀ ਇੱਜ਼ਤ ਨਹੀਂ ਧੱਕੀ, ਕੋਈ ਚੋਰੀ ਯਾਰੀ ਠੱਗੀ ਨਹੀਂ ਕੀਤੀ, ਇੱਕੋ ਇੱਕ ਗੱਲ ਕਿ ਗੁਰੂ ਤਾਂ ਸਿੱਖ ਕਿਉਂ ਹੈ, ਤੇ ਹਕੂਮਤ ਦੇ ਨਸ਼ੇ ਚਾ ਕਰਕੇ ਤੇ ਸਿੱਖੀ ਤੋਂ ਖਾਰਜ ਕਰਨਾ ਚਾਹੁੰਦਾ ਔਰੰਗਜ਼ੇਬ, ਤੇ ਗੁਰੂ ਤਾਂ ਸਿੱਖ ਸਿੱਖੀ ਦੇ ਪੂਰਨਿਆਂ ਤੇ ਚੱਲ ਕਰਕੇ ਪ੍ਰਪੱਕਤਾ ਸਹਿਤ ਆਪਣੇ ਜੀਵਨ ਨੂੰ ਨਿਭਾਉਣਾ ਚਾਹੁੰਦਾ ਹੈ। ਉਸ ਵੇਲੇ ਗੁਰੂ ਤੇ ਪਿਆਰੇ ਕਾਜੀ ਦੀ ਸੜੀ ਹੋਈ ਜ਼ਬਾਨ ਵਿੱਚੋਂ ਇਹ ਫਤਵਾ ਨਿਕਲਿਆ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਤੀਰ ਦਿੱਤਾ ਜਾਵੇ। ਇਹ ਫਤਵਾ ਲਾ ਕੇ ਹੱਥ ਕੜੀਆਂ ਤੇ ਬੇੜੀਆਂ ਲਾ ਕੇ ਮਤੀ ਦਾਸ ਨੂੰ ਇੱਕ ਰਾਤ ਗੁਰੂ ਤੇਗ ਬਹਾਦਰ ਸਾਹਿਬ ਜੀ ਚਰਨ ਕੱਟਣ ਵਾਸਤੇ ਭੇਜਿਆ। ਚਾਂਦਨੀ ਚੌਂਕ ਪਿੰਜਰੇ ਚ ਬੰਦ ਬੈਠੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਰਸ਼ਨ ਕੀਤੇ, ਜਾ ਕੇ ਨਮਸਕਾਰ ਕੀਤੇ, ਪੁੱਛਿਆ ਸੁਣਾ ਪਿਆਰਿਆ ਕੀ ਹਾਲ ਹੈ? ਸਤਿਗੁਰੂ ਪਿਤਾ ਜੀ ਚੜ੍ਹਦੀ ਕਲਾ ਹੈ, ਪਰ ਪਰਚਾ ਬੜਾ ਸਖਤ ਪਿਆ ਹੈ, 100 ਦੇ 100 ਨੰਬਰ ਪੂਰੇ ਲੈ ਕੇ ਪਾਸ ਹੋਣ, 99 ਨੰਬਰ ਨਾ ਕਰੇ ਆਉਣ ਸਿੱਖੀ ਵਿੱਚੋਂ। ਗੁਰੂ ਘਰ ਉੱਤੇ ਸਭ ਤੋਂ ਪਹਿਲੀ ਸ਼ਹੀਦੀ 5ਵੇਂ ਪਾਤਸ਼ਾਹ ਜੀ ਦੀ ਹੈ, ਤੇ ਗੁਰੂ ਤੇ ਗੁਰਸਿੱਖਾਂ ਦੇ ਉੱਤੇ ਧਰਮ ਦੀ ਰਾਖੀ ਵਾਸਤੇ ਸਭ ਤੋਂ ਪਹਿਲੀ ਸ਼ਹੀਦੀ ਮੇਰੀ ਹੈ, ਸੱਚੇ ਪਾਤਸ਼ਾਹ ਕਿਰਪਾ ਕਰੋ ਇਹ ਸਿੱਖੀ ਦੇ ਪਰਚੇ ਉੱਤੇ ਫੇਲ ਨਾ ਹੋਵੇ। ਸਤਿਗੁਰੂ ਜੀ ਕਹਿਣ ਲੱਗੇ, ਪਿਆਰਿਆ ਤੂੰ ਜਪਜੀ ਸਾਹਿਬ ਦਾ ਨਿਤਨੇਮੀ ਅਭਿਆਸੀ ਹੈ, ਜਪਜੀ ਸਾਹਿਬ ਦਾ ਪਾਠ ਆਰੰਭ ਕਰੀ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਗੁਰੂ ਨਾਨਕ ਦੇਵ ਜੀ ਇਹੀ ਕਿਹਾ ਕਿ ਅਸੀਂ ਕਰਾਂਗੇ, ਡੀਂਗ ਨੀ ਮਾਰੀ, ਕੋਈ ਹੰਕਾਰ ਦਾ ਬਚਨ ਨੀ ਕਿਹਾ, ਇੱਕੋ ਇੱਕ ਗੱਲ ਕਹੀ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੇਰੀ ਰਾਖੀ ਕਰਨਗੇ। ਜਪਜੀ ਸਾਹਿਬ ਦਾ ਪਾਠ ਕਰੀ, ਇਹ ਗੁਰੂ ਕੇ ਪਿਆਰੇ ਸਿੱਖਿਆ ਦਿੱਤੇ,
भाई मती दास जी धर्म दे राखी करन वास्ते जो प्रेरणा कीती है वो दास अगे पड़ेगा सारी संगत जज के मगर पड़े संघ जी ना रखियो हुण कोई एमरजेंसी नहीं लगी जिहड़ा कोई मीता ते DIR ला के तुहानू अंदर धक्क देवेगा सतगुरु की कृपा स्वतंत्र बैठे हो पर पूरे स्वतंत्र अजे नहीं फिर विस्तार कर लेंगे कल के दौरान कि पूरे स्वतंत्र क्यों नहीं पर हुण कुछ क स्वतंत्र है सतगुरु गरीब नवाज जी अपने प्यारे धर्म की राखी करने वास्ते कि प्रेरणा दे रहे थे अब आप कर रहे यही ख्याल दिल च रखना है तो वह गुरु के प्यारे ये नारे संत ज्ञानी करतार सिंह जी खालसा महापुरुष सचखंड वासी ढंगरा मेहता वाले ने जिसने योजना से एमरजेंसी सी उस गुरु के प्यारे 37 जलूसा एक यही नारा रखा से जो दास बेनती करेगा पढ़ेगा अगे जज के सारे ने बोलना कि प्रेरणा दी है चांदनी चौक पिंजरे च बंद बैठे प्यारे मती दास धर्म की राखी वास्ते ਜਿੱਤਿਆ ਬਾਦ ਨਹੀਂ ਰਹਿਣਾ ਧਰਮ ਸਿਰ ਜਿੱਤਿਆ ਬਾਦ ਨਹੀਂ ਰਹਿਣਾ ਜਿੱਤਿਆ ਬਾਦ ਨਹੀਂ ਰਹਿਣਾ ਜਿੱਤਿਆ ਬਾਦ ਨਹੀਂ ਰਹਿਣਾ ਜਿੱਤਿਆ ਬਾਦ ਨਹੀਂ ਰਹਿਣਾ ਧਰਮ ਸਿਰ ਜਿੱਤਿਆ ਬਾਦ चांदनी चौक पिंजरे च बंद बैठे श्री गुरु तेग बहादुर साहब जी ने अपने प्यारे पूर्ण गुरसिख के हथ कड़िया देड़िया लगिया के समेत उस प्यारे नूं सिख्या दिते जो बचन कहो गुरपुरै सो शीत गांठरी बाद वाले महावाक अनुसार हृदय रूपी पल्ले च बन लिया घुट के बचन नूं चांदनी चौक अगले खड़ा किया दास जी नूं आरा लिया के कोल रख दिता है आरे ते भाई मती दास जी ने हथ फेरिया औरंगजेब का जो जलाब है वह पुछता है औरंगजेब भी कह रहा कि जे आरे तो भय लगता है तो सिखी छड दे साडा धर्म कबूल कर ले भाई मती दास कह लगा नहीं मैं आरे ते हथ इस वास्ते फेर रहा हाँ कि तुहाडा आरा मेरे शरीर नूं तीर सकदा है ते तुहाडा आरा ठंडा हो चुका मुड़ चुका है मैं अपने मन रूपी आरे दे दंदे तिखे कर लवां ਤੁਸੀਂ ਇਸ ਆਪਣੇ ਆਰੇ ਨੂੰ ਤਿੱਖਿਆ ਕਰੋ ਪਰ ਇਹਨਾਂ ਯਾਦ ਅੱਜ ਰੱਖ ਲਿਓ ਜਦੋਂ ਮੇਰੇ ਸਰੀਰ ਤੇ ਆਰਾ ਰੱਖੋਗੇ ਇਹ ਆਰਾ ਤੁਹਾਡੀਆਂ ਜ਼ੁਲਮ ਦੀਆਂ ਰਾਜ ਦੀਆਂ ਜੜਾਂ ਵੱਢ ਕੇ ਖਾਰੇ ਸਮੁੰਦਰ ਚ ਪਾ ਦੇਵੇਗਾ ਮੇਰੀ ਕੁਰਬਾਨੀ ਤੋਂ ਮਗਰੋਂ ਚੇਤਾ ਰੱਖ ਲਓ ਕਿ ਤੁਹਾਡਾ ਰਾਜ ਗਲਤ ਕਿਵੇਂ ਹੁੰਦਾ ਹੈ ਇਹ ਬਚਨ ਪਿਆਰ ਨੇ ਹਿੰਦੁਸਤਾਨ ਦੇ ਰਾਜ ਦੇ ਮੂੰਹ ਤੇ ਕਹਿ ਕੇ ਕਾਂਡ ਨਹੀਂ ਮੰਨੀ ਪੁੱਛਿਆ ਹੈਰਾਨ ਹੋ ਕਰਕੇ ਤੇ ਭਾਈ ਤੇਰਾ ਜਿਹੜਾ ਮਨ ਰੂਪੀ ਆਰਾ ਤੂੰ ਤਿੱਖਾ ਕਿਵੇਂ ਕਰੇਗਾ ਟਕੋਰੇ ਨਾਲ ਰੋਟੀ ਨਾਲ ਤੇ ਸਾਹ ਨਾਲ ਆਰਾ ਤਿੱਖਾ ਕੀਤਾ ਜਾਂਦਾ ਹੈ ਤੇਰੇ ਕੋਲੇ ਚੀਜ਼ਾਂ ਕਿਹੜੀਆਂ ਹੈ ਉਸ ਵੇਲੇ ਕਿਹਾ ਸੀ ਗਿਆਨ ਰੂਪੀ ਟਕੋਰਾ ਹੈ ਭਗਤੀ ਰੂਪ ਰੋਟੀ ਹੈ ਸੋ ਇਸੇ ਤਰ੍ਹਾਂ ਇਹ ਗੁਰਬਾਣੀ ਰੂਪ ਇਹ ਸਾਹ ਹੈ ਇਹਦੇ ਤੋਂ ਮੈਂ ਆਪਣੇ ਮਨ ਰੂਪੀ ਆਰੇ ਦੇ ਦੰਦੇ ਤਿੱਖੇ ਕਰਾਂਗਾ ਪਰ ਚੇਤਾ ਰੱਖੋ ਕਿ ਤੁਹਾਡੀਆਂ ਜੁਲਮੀਆਂ ਜੜਾਂ ਵੱਢੀ ਦੀਆਂ ਕਿਵੇਂ ਹੈ ਜਦੋਂ ਸਰੀਰ ਤੇ ਆਰਾ ਰੱਖਿਆ ਹੈ ਪਿਆਰੇ ਨੇ ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਰ ਮੂਰਤ ਅਗੁਨੀ ਸਾਧਨ ਗੁਰ ਪ੍ਰਸਾਦ ਜਪ ਆਦਿ ਸੱਤ ਜੁਗਾਦ ਸੱਤ ਹੈ ਧੀ ਸੱਤ ਨਾਨਕ ਹੋਸੀ ਧੀ ਸੱਤ ਇਹ ਗੁਰੂ ਕੇ ਪਿਆਰੇ ਮੂਲ ਮੰਤਰ ਆਰੰਭ ਦਿੱਤਾ ਜਲਦੀ ਸਾਹਿਬ ਸ਼ੁਰੂ ਕਰ ਦਿੱਤਾ ਹੈ ਪੰਚ ਪਰਿਵਾਰ ਦੀ ਪੌੜੀ ਤੇ ਜਦੋਂ ਪਿਆਰੇ ਦਾ ਨਿਤਨੇਮ ਦਾ ਪਾਠ ਆਇਆ ਹੈ ਉਸ ਵੇਲੇ ਸੀਸ ਦੇ ਉੱਪਰ ਚੱਲਿਆ ਹੋਇਆ ਆਰਾ ਸਿਰੇ ਤੱਕ ਪਹੁੰਚਿਆ ਦੋ ਫਾੜਾ ਪਿਆਰੇ ਦੇ ਸਰੀਰ ਦੇ ਹੋ ਗਏ ਹਨ ਦੋ ਗੁਰੂ ਤੇ ਪਿਆਰੇ ਟੁਕੜੇ ਵੱਖਰੇ ਵੱਖਰੇ ਹੋ ਗਏ ਦੋਹਾਂ ਫਾੜਿਆਂ ਵਿੱਚੋਂ ਜਿਵੇਂ ਦੋ ਸਿੰਘ ਸਾਹਿਬਾਨ ਸਤਿਗੁਰੂ ਦੀ ਸਾਧਿਆ ਬੈਠ ਕੇ ਧੁਰਤੀ ਬਣ ਕੇ ਅਖੰਡ ਪਾਠ ਦਾ ਭੋਗ ਪਾਉਂਦੇ ਹਨ ਇਸ ਤਰ੍ਹਾਂ ਦੋਹਾਂ ਫਾੜਿਆਂ ਵਿੱਚੋਂ ਜਪਜੀ ਸਾਹਿਬ ਦੇ ਬਾਕੀ ਸਾਰੀਆਂ ਪੌੜੀਆਂ ਦਾ ਨਿਤਨੇਮ ਹੋਇਆ ਕਿਰਤੀ ਛੁੱਟੀ ਨਾਲ ਤੱਕ ਕਹਿ ਕਰਕੇ ਸਤਿਗੁਰੂ ਗਰੀਬ ਨਵਾਜ ਜੀ ਦੇ ਪਿਆਰੇ ਨੇ ਭੋਗ ਪਾ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਵੱਲ ਆਪਣੀ ਸੁਰਤੀ ਨੂੰ ਬ੍ਰਹਮ ਦੀ ਧੁਨੀ ਵਿੱਚ ਜੋੜ ਕਰਕੇ ਗੁਰੂ ਕੇ ਪਿਆਰੇ ਇਹਦਾ ਨਾਮ ਹੀ ਬ੍ਰਹਮ ਹੈ ਇਹਦਾ ਨਾਮ ਹੀ ਸੁਰਤ ਹੈ ਇਹਦਾ ਨਾਮ ਹੀ ਧੁਨੀ ਹੈ ਬ੍ਰਹਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ
ਸੋਤਾ ਭਾਈ ਮਤੀ ਦਾਸ ਜੀ ਦੀ ਗਿਰਤੀ ਤੇ ਧੁਨੀਆਂ ਗੁਰੂ ਕੇ ਪਿਆਰੇ ਸੱਤ ਚੇਤਨ ਆਨੰਦ। ਧੁਨੀ ਦਾ ਪਤਾ ਨੀ ਕਿਹੜੇ ਦਾ ਪੁੱਛਣਾ ਚਾਹੁੰਗੇ, ਦੱਸ ਦਿਆਂਗੇ ਜੇ ਸਮਾਂ ਆਵੇਗਾ। ਧੁਨ ਨਾਮ ਹੈ ਸੁੰਦਰ ਦਾ, ਧੁਨ ਨਾਮ ਹੈ ਆਵਾਜ਼ ਦਾ, ਤੇ ਗੁਰੂ ਕੇ ਪਿਆਰੇ ਧੁਨੀ ਨਾਮ ਹੈ ਸੁਰਤੀ ਨੂੰ ਟਿਕਾਉਣ ਦਾ। ਤੇ ਦੇਖਾਂਗੇ ਭਲਾ ਕਿਹੜੀ ਧੁਨੀ ਦੀ ਬਾਤ ਵਿਚਾਰ ਹੈ। ਤੇ ਇਸ ਪਾਸੇ ਨਾ ਪਈਏ, ਗੁਰੂ ਕੇ ਪਿਆਰੇ ਪਿਆਰੇ ਨੇ ਆਪਣੀ ਜਿਰਤੀ ਨੂੰ ਬ੍ਰਹਮ ਦੀ ਧੁਨੀ ਆਵਾਜ਼ ਦੇ ਵਿੱਚ ਸੱਤ ਚੇਤਨ ਦੇ ਵਿੱਚ, ਸੱਤ ਚੇਤਨ ਆਨੰਦ ਸਰੂਪ ਧੁਨ ਦੇ ਵਿੱਚ ਜੋੜ ਲਿਆ ਹੈ। ਐਸਾ ਲੀਨ ਹੋ ਗਿਆ ਪਿਆਰਾ, ਸੂਰਜ ਕਿਰਨ ਮਿਲੇ ਜਲ ਕਾ ਗਲ ਹੋਆ ਰਾਮ, ਜੋਤੀ ਜੋਤ ਰਹੀ ਸੰਪੂਰਨ ਕੀਆ ਰਾਮ ਦੇ ਮਹਾਵਾਦ ਅਵਤਾਰ, ਜੋਤ ਮਿਲੀ ਸੰਗ ਜੋਤ ਰਹਿਆ ਘਾਲ ਦਾ, ਉਹਦੇ ਵਿੱਚ ਲੀਨ ਹੋ ਗਿਆ ਪਿਆਰਾ। ਇਸੇ ਤਰ੍ਹਾਂ ਭਾਈ ਦਿਆਲਾ ਤੇ ਭਾਈ ਸਤੀ ਰਾਮ ਜੀ ਨੂੰ ਰੂਲ ਪੇਚ ਕੇ ਸਾੜ ਕੇ, ਰੂਲ ਪੇਚ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਪਿਆਰਿਆਂ ਨੂੰ, ਪਰ ਸਿੱਖੀ ਤੋਂ ਮੂੰਹ ਨਹੀਂ ਮੋੜਿਆ। ਸਤਿਗੁਰੂ ਦੀ ਕੁਰਬਾਨੀ ਹੋਏ, ਔਰੰਗਜ਼ੇਬ ਕਹਿਣ ਲੱਗਾ ਇੱਥੇ ਤੱਕ ਵੀ ਕਹਿ ਦਿੱਤਾ ਮੈਂ ਆਪਣੀ ਲੜਕੀ ਦਾ ਦੌਲਾ ਦੇ ਦਿੰਦਾ ਹਾਂ। ਮਹਾਰਾਜ ਕਹਿਣਗੇ ਕੋਈ ਸ਼ਰਮ ਕਰ, ਧੀਆਂ ਦੇ ਨਾਲ ਤੇਰੇ ਪਿਤਾ ਨੇ ਵਿਆਹ ਨਹੀਂ ਕਰਾਏ, ਜੇ ਅਜੇ ਤੇਰੀ ਲੜਕੀ ਇਹੋ ਜਿਹੀ ਸਾਡੀ ਲੜਕੀ ਹੈ, ਤੈਨੂੰ ਕੋਈ ਸੰਕੋਚ ਕਰਨੀ ਚਾਹੀਦੀ ਇਹੋ ਜਿਹੀਆਂ ਗੱਲਾਂ ਤੋਂ। ਇਹ ਬਚਨ ਮਹਾਰਾਜ ਨੇ ਉਹਦੇ ਮੂੰਹ ਤੇ ਕਹੇ। ਮਹਾਰਾਜ ਕਹਿਣਗੇ ਮੈਂ ਪਾਪ ਕਿਉਂ ਕਰਨ ਲੱਗਾ? ਕਹਿੰਦਾ ਜੀ ਦੋਹਾਂ ਤੋਂ ਇੱਕ ਬਣਾ ਦੇਣਾ। ਸਤਿਗੁਰੂ ਜੀ ਕਹਿੰਦੇ ਨਹੀਂ, ਦੋਹਾਂ ਤੋਂ ਤਿੰਨ ਬਣ ਗਏ, ਖੁਰਾ ਨੂੰ ਕੁਝ ਹੋਰ ਪਾਉਂਦਾ, ਤੈਨੂੰ ਕੁਝ ਹੋਰ ਪਾਉਂਦਾ। ਤਜਰਬਾ ਕਰਕੇ ਰਖਾਇਆ, ਕਾਲੀਆਂ ਮਿਰਚਾਂ ਕਾਫੀ ਇਕੱਠੀਆਂ ਕਰਕੇ ਉਹਨਾਂ ਨੂੰ ਟੱਪਰ ਛਾੜ ਕਰਕੇ ਵਿਖਾ ਦਿੱਤਾ, ਤਿੰਨ ਮਿਰਚਾਂ ਸਾਫ਼ ਨਿਕਲੀਆਂ ਸੀ। ਮਹਾਰਾਜ ਕਹਿੰਦੇ ਸਾਡੀ ਕੁਰਬਾਨੀ ਤੋਂ ਮਗਰੋਂ ਖਾਲਸਾ ਪੰਥ ਪੈਦਾ ਹੋਵੇਗਾ, ਸਮੂਹ ਧਰਮਾਂ ਦੀ ਰਾਖੀ ਵਾਸਤੇ ਹਰ ਵੇਲੇ ਪੂਜਣ ਵਾਸਤੇ ਤਿਆਰ ਰਹੇਗਾ। ਪਰ ਅੱਜ ਅਫਸੋਸ ਹੈ ਉਸ ਖਾਲਸੇ ਦੀ, ਇਸ ਗੁਰੂ ਕੇ ਪਿਆਰੇ ਹੋਣ ਨੂੰ, ਸਤਿਗੁਰੂ ਸੱਚੇ ਪਾਤਸ਼ਾਹ ਨੇ ਐਡੀ ਕੁਰਬਾਨੀ ਕੀਤੀ, ਇਹੋ ਜਿਹਾ ਸੂਰਬੀਰ ਖਾਲਸਾ ਪੈਦਾ ਕੀਤਾ। ਅੱਜ ਥਾਵਾਂ ਥਾਵਾਂ ਤੇ ਗੁਰਦੁਆਰੇ ਸੜਨ, ਥਾਵਾਂ ਥਾਵਾਂ ਤੇ ਸਰੂਪਾਂ ਨੂੰ ਅੱਗਾਂ ਲੱਗਣ, ਥਾਵਾਂ ਥਾਵਾਂ ਤੇ ਬਦਨਾਮੀ ਹੋਵੇ, ਕੰਨਾਂ ਤੇ ਹੱਥ ਪੈਰੇ ਸਾਰਿਆਂ ਤੇ ਅੰਮ੍ਰਿਤ ਛਕਣ ਤੋਂ ਕਿੰਨੀ ਨਫ਼ਰਤ ਹੈ, ਕਿੰਨੀ ਸੰਕੋਚ ਹੈ। ਕਿਉਂ ਅੰਮ੍ਰਿਤ ਛਕਾਇਆ ਸਤਿਗੁਰੂ ਨੇ? ਜਦੋਂ ਸ਼ਹੀਦੀ ਹੋ ਗਈ ਤੇਗ ਬਹਾਦਰ ਸਾਹਿਬ ਪਿਤਾ ਜੀ ਦੇ, ਔਰੰਗਜ਼ੇਬ ਨੇ ਡਿਉਂਡੀ ਪਟਾ ਦਿੱਤੀ ਕਿ ਕੋਈ ਗੁਰੂ ਦਾ ਨਾਨਕ ਨਾਮ ਲੇਵਾ ਸਿੱਖ ਸਤਿਗੁਰੂ ਦੇ ਧਰ ਦਾ ਕੋਈ ਸੰਸਕਾਰ ਕਿਤੇ ਸੀਸ ਦਾ ਭਾਈ ਜੈਤਾ ਜੀ ਲੈ ਕੇ ਅਨੰਦਪੁਰ ਪਹੁੰਚ ਗਿਆ ਸੀ। ਇਹ ਸਾਖੀ ਇਹਨੇ ਕਿ ਛੱਡ ਦਿੱਤੀ, ਸਮਾਂ ਥੋੜਾ ਹੋਣ ਦਾ ਕਾਰਨ। ਸੋ ਗੁਰੂ ਕੇ ਪਿਆਰੇ ਧਰ ਦਾ ਸੰਸਕਾਰ ਕਰਨ ਵਾਸਤੇ ਕੋਈ ਨਾ ਕਹਿ ਸਕਿਆ ਮੈਂ ਸਿੱਖ। ਚੌਦਾਂ ਸੌ ਧਰਤੀ ਦਿੱਲੀ ਦੇ ਵਿੱਚ, ਇੱਥੇ ਕਹਿੰਦੇ ਨਾ 50,000 ਦੀ ਗਿਣਤੀ ਕਾਟੇ ਦੇ ਵਿੱਚ, 1400 ਧਰਤੀ ਦਿੱਲੀ ਦੇ ਵਿੱਚ। ਦੇਸਵਾ ਦਾ ਅਖਾੜਾ ਲੱਗਾ ਤਾਂ ਵੱਡੇ ਗਰਾਊਂਡ ਚ ਬੈਠਣ ਨੂੰ ਥਾਂ ਨੀ ਸਿਆਉਂਦਾ, ਤੇ ਜੇ ਕਥਾ ਤੇ ਕੀਰਤਨ ਸੁਣਨਾ ਤੇ ਫਿਰ ਜੀ ਇੰਨੇ ਕੀ ਮਨਜ਼ੂਰ ਕਰ ਲਓ। ਭਾਈ ਮਨਜ਼ੂਰ ਨੂੰ ਅਸੀਂ ਚੀਕਣੇ ਸਾਹਿਬ ਦਾ ਆਨੰਦ ਮਾਨਣਾ, ਕਥਾ ਕਰਨੀ ਹੈ। ਪਰ ਜੋੜੀ ਹੀਰਿਆਂ ਦਾ ਤੇ ਲਾਲਾਂ ਦਾ ਗਾਹਕ ਵਿਰਲਾ ਹੀ ਜੋੜੀ ਹੁੰਦਾ, ਗੰਦੇ ਮੂਲੀਆਂ ਗਾਜਰਾਂ ਖਰੀਦੀਆਂ ਹੋਣ ਤੇ ਜਲਾ ਖਣੇ ਜਾ ਕੇ ਦੁਕਾਨ ਤੇ ਫਿਰੋ ਜਾਂਦਾ, ਭਾਗਾਂ ਤੋਂ ਬਿਨਾਂ ਕਥਾ ਦੇ ਕੀਰਤਨ ਸੁਣਿਆ ਵੀ ਨਹੀਂ ਜਾਂਦਾ। ਸੋ ਸਤਿਗੁਰੂ ਗਰੀਬ ਨਾਲ ਸੱਚੇ ਪਾਤਸ਼ਾਹ ਕੁਰਬਾਨੀ ਤੋਂ ਮਗਰੋਂ ਜਿਉੜੀ ਪਟਾਉਣ ਤੋਂ ਉਪਰੰਤ 1400 ਤੋਂ ਜਦੋਂ ਕਿਸੇ ਨੇ ਵੀ ਤੂੰ ਚਾਨਕ ਕੀਤੀ, ਪਤਾ ਲੱਗਾ ਤੁਹਾਨੂੰ ਵੀ ਘਰ ਜੀ ਨੂੰ ਪੰਜਵੇਂ ਪਾਤਸ਼ਾਹ ਜੀ ਦੇ ਜੋਤੀ ਜੋ ਸਮਾਉਣ ਤੋਂ, ਜਿਵੇਂ ਵੀਰ ਰਾਤੇ ਚਾਰ ਕਰਕੇ ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਮਾਲਕ ਨੇ ਬਚਨ ਕਹੇ ਸੀ ਕਿ ਚੰਦੂ ਦੇ ਨਕੇਲ ਨਾ ਪਾਈਏ ਤੇ ਆਹ ਗਰਾਹ ਲੱਗੇ, ਜੇ ਨਿਸ਼ਾਨ ਸਾਹਿਬ ਦੋ ਨਾ ਚਲਾਈਏ ਆਹ ਸਾਨੂੰ ਗਰਾਹ ਲੱਗੇ, ਘਾਤ ਦੇ ਭਾਂਡਿਆਂ ਵਿੱਚ ਨਾ ਪਕਾਈਏ, ਫੌਜਾਂ ਰੱਖੀਏ ਤੇ ਦੰਡ ਨਾ ਜਾਲਮਾਂ ਨੂੰ ਦੇਈਏ, ਧੌਂਸੇ ਤੇ ਟਕੋਰ ਨਾ ਲਾਈਏ, ਸਾਨੂੰ ਆਹ ਗੁਨਾਹ ਲੱਗਣ। ਇਹ ਨਿਧਨ ਕੀਤਾ ਸੀ ਸਤਿਗੁਰੂ ਗਰੀਬ ਨਿਵਾਜ ਨੇ, ਉਹ ਪੂਰੇ ਕਰਕੇ ਵਿਖਾਏ ਹੈ। ਉਹਨਾਂ ਨੇ ਜਿਹੜੇ ਕਿਣਾ ਤੇ ਪੂਰਿਆਂ ਨੇ ਮਿੱਤਰ ਦੋਸਤ ਸਿੱਖ ਬਣੇ ਸੀ, ਉਹਨਾਂ ਦੀਆਂ ਛਾਤੀਆਂ ਧੜਕਣ ਲੱਗ ਪਈਆਂ, ਛੱਡ ਕੇ ਛੇਵੇਂ ਪਾਤਸ਼ਾਹ ਨੂੰ ਚਲੇ ਗਏ ਸੀ। ਸਿੱਖ ਨੂੰ ਸਿੱਖ ਨੇ ਛੱਡ ਦੇਣਾ ਤਾਂ ਮਾਮੂਲੀ ਗੱਲ ਹੀ ਹੈ ਗਰਮ ਪ੍ਰਚਾਰ ਸੁਣ ਕੇ। ਤੇ ਗੁਰੂ ਕੇ ਪਿਆਰੇ ਦਸਵੇਂ ਪਾਤਸ਼ਾਹ ਨੇ ਵੀਰ ਦਾ ਪ੍ਰਚਾਰ ਕਰਕੇ ਉਸ ਵੇਲੇ ਕਿਹਾ ਕਿ ਅੱਜ 1400 ਘਰ ਦੇ ਵਿੱਚੋਂ ਸਿੱਖਾਂ ਦੇ ਵਿੱਚੋਂ ਇੱਕ ਵੀ ਉੱਠ ਕੇ ਇਹ ਕਹਿਣ ਦੀ ਜੁਰਤ ਨਹੀਂ ਰੱਖ ਸਕਿਆ ਕਿ ਮੈਂ ਗੁਰੂ ਦਾ ਸਿੱਖ ਹਾਂ, ਅਸੀਂ ਐਸਾ ਖਾਲਸਾ ਪੰਥ ਪੈਦਾ ਕਰਾਂਗੇ ਜਿਸ ਦੇ ਦੱਸਣ ਦੀ ਲੋੜ ਨਹੀਂ ਪਵੇਗੀ, ਲੱਖਾਂ ਦੇ ਇੱਕ ਸਾਡਾ ਪੁੱਤ ਸਿੱਖ ਖੜਾ ਹੋਵੇਗਾ, ਉਹਦਾ ਪਤਾ ਲੱਗੇਗਾ ਕਣਗੇ ਘਰ ਦਾ ਪੁੱਤ ਹੈ। ਅੱਜ ਅਫਸੋਸ ਤੇ ਦੁੱਖ ਹੈ ਉਹਨਾਂ ਸਿੱਖਾਂ ਦੀ ਇਸ ਕਰਨੀ ਤੇ ਜਿਹੜੇ ਹੁਣ ਦੇ ਮੌਕੇ ਦੇ ਹੈ, ਪਹਿਲਾਂ ਤਾਂ ਕਿਰਪਾਨ ਪਾਉਂਦੇ ਹੀ ਨਹੀਂ, ਉਹ ਸ਼ਰਮ ਆ ਜਾਂਦੀ ਹੈ। ਪਸਤੌਲ ਪਾਉਣਾ ਹੋਵੇ ਪਾ ਸਕਦੇ ਹੋ, ਭਾਵੇਂ 10 ਕਿਲੋ ਦਾ ਪਵਾ ਦਿਓ, ਪਰ ਰਾਈਫਲ ਚੱਕ ਸਕਦੇ ਹੈ, ਸ਼ਰਾਬ ਦੇ ਬਲੈਂਡਰ ਮੋਢਿਆਂ ਤੇ ਚੱਕ ਕੇ ਭੱਜ ਸਕਦੇ, ਬੋਤਲਾਂ ਮੋਢਿਆਂ ਚ ਤੰਗ ਸਕਦੇ ਹੈ, ਤੇ ਕਿਰਪਾਨ 9 ਇੰਚੀ ਪਾਉਣੀ ਬਹੁਤ ਮੁਸ਼ਕਿਲ ਹੋ ਗਈ ਹੈ। ਤੇ ਜੇ ਗੁਰੂ ਕੇ ਪਿਆਰੇ ਹੋ ਪਾਉਂਦੇ ਨੇ ਤੇ ਪਾ ਲੈਣ ਤੇ ਥੱਲੇ ਦੀ, ਤੇ ਜੇ ਭਾਈ ਉੱਤੋਂ ਨੀ ਪਾ ਲੈਣੇ ਕੀ ਤੈਨੂੰ ਪਾਪ ਲੱਗ ਜਾਵੇ? ਮਹਾਰਾਜ ਕਹਿੰਦੇ ਜੋ ਗੁਰ ਗੋਪਾ ਆਪਣਾ ਤੇ ਨਰ ਬੁਰਿਆਰੀ, ਤਿੰਨ ਕਾ ਦਰਸ਼ਨ ਨਾ ਕਰੋ ਪਾਪਿਸ਼ਟ ਹਥਿਆਰੇ। ਸਤਿਗੁਰੂ ਨੇ ਕਿਰਪਾਨ ਪਵਾਈ ਤਾਂ ਕਿ ਪੁੱਛਣਾ ਨਾ ਪਵੇ ਤੂੰ ਕਿਹਦਾ ਪੁੱਤ ਹੈ, ਤੂੰ ਕਿਹਦਾ ਸਿੱਖ ਹੈ,
ਤੇ ਕਿਰਪਾਨ ਥੱਲੇ ਵੀ ਪਾਈ ਹੋਏ। ਪਹਿਲਾਂ ਪੁੱਛਣਾ ਪੈਂਦਾ ਭਾਈ ਸਾਹਿਬ ਅੰਮ੍ਰਿਤ ਛਕਿਆ ਹੈ, ਬਾਬਾ ਜੀ ਮੈਨੂੰ ਤਾਂ 20 ਸਾਲ ਹੋ ਗਏ ਤੇ 20 ਸਾਲਾਂ ਚ ਤੇਰਾ ਡਰ ਨਹੀਂ ਲੱਥੇਗਾ ਵੀ ਮੈਂ ਥੱਲੇ ਜਾਣ ਕਿਰਪਾਨ ਨਾ ਪਾਵਾਂ ਉੱਪਰ ਦੀ ਪਾਲਵਾਂ। ਇਹਦੇ 20 ਸਾਲਾਂ ਚ ਤੇਰਾ ਡਰ ਨਹੀਂ ਦੂਰ ਹੋਇਆ ਤੇ ਹੁਣ ਭਾਈ ਕਿਵੇਂ ਹੋ ਜਾਏਗਾ? ਸੋ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਕੈਸਾ ਸੁੰਦਰ ਗਹਿਣਾ ਦਿੱਤਾ, ਤੱਤੀ ਤਰੀ ਤੇ ਆਪਣੇ ਪਿਤਾ ਨੂੰ ਬਿਠਾਉਣਾ ਪਿਆ। ਤਾਂ ਮੀਰੀ ਪੀੜ ਦੇ ਮਾਲਕ ਨੇ ਇਹ ਸੁੰਦਰ ਅਮੋਲ ਖਜ਼ਾਨਾ ਸ੍ਰੀ ਸਾਹਿਬ ਪਹਿਨੀ, ਨੌਵੇਂ ਪਾਤਸ਼ਾਹ ਪਿੰਜਰੇ ਚ ਬੰਦ ਰਹੇ, ਇਸੇ ਗੁਰੂ ਦੇ ਪਿਆਰੇ ਦੇ ਜੰਗਲ ਦੀ ਰਾਖੀ ਵਾਸਤੇ, ਸਮੂਹ ਧਰਮਾਂ ਦੀ ਬਾਕਤ ਵਾਸਤੇ ਸੱਚੇ ਪਾਤਸ਼ਾਹ ਨੇ ਕੁਰਬਾਨੀ ਦਿੱਤੀ। ਪੰਜਾਂ ਪਿਆਰਿਆਂ ਦੇ ਸਿਰ ਵਜੇ ਬੱਤਰਾ ਛੱਤਰ। ਇੱਕ ਮੈਂ ਬੇਨਤੀ ਕਰਾਂ ਸੰਗਤ ਨੂੰ, ਪਿਆਰੇ ਜੇ ਕੋਈ ਗਿਆਨੀ ਤੇ ਸੰਤ ਕੋਈ ਲੀਡਰ ਕੋਈ ਵਜ਼ੀਰ ਕੋਈ ਪ੍ਰਚਾਰਕ ਕੋਈ ਖਜ਼ਾਨਚੀ ਪ੍ਰਧਾਨ ਕਹਿੰਦਾ ਦਸਵੇਂ ਪਾਤਸ਼ਾਹ ਦੀ ਬੱਤਰੇ ਵਜੇ ਲਿਹਾਜ਼ਾ ਕਰਿਆ ਕਰੋ, ਕੰਨੋਂ ਫਕੜ ਪਕੜ ਕੇ ਧਾਰ ਲਿਆ ਕਰੋ ਸਟੇਜ ਤੋਂ। ਸਤਿਗੁਰੂ ਪਿਤਾ ਸੱਚੇ ਪਾਤਸ਼ਾਹ ਜੋਤੀ ਜੋ ਸਮਾਨ 7 ਸਾਲ ਹੋ ਗਏ ਹੋਣ, ਤੇ ਰੁਸਤ ਮਰਾ ਕੇ ਬਾਲਿਆਂ ਨੂੰ ਪੁੰਨੇ ਦੇ ਕਿਲੇ ਵਿੱਚੋਂ ਕੱਢ ਕੇ ਤੇ ਮਨਮਾਰ ਪਹੁੰਚਾ ਦੇ ਹੋਣ ਜੋਤੀ ਜੋ ਸਮਾਨ ਤੋਂ ਮਗਰੋਂ, ਉਹ ਉਸ ਪਿਤਾ ਨੂੰ ਦੋਸ਼ ਲਾਉਣਾ ਇਸੋ ਫਿਰ ਧੜਕਣਾ ਹੋਰ ਕੀ ਹੋਵੇਗਾ। ਐਸੇ ਸਤਿਗੁਰੂ ਦੀ ਅਮੋਲ ਸਿੱਖੀ ਨੌਵੇਂ ਪਾਤਸ਼ਾਹ ਸ਼ਹੀਦ ਜੀ ਤੋਂ ਉਪਰੰਤ ਸਤਿਗੁਰੂ ਗਰੀਬ ਨਿਵਾਸ ਨੇ ਪੰਜਾਂ ਪਿਆਰਿਆਂ ਦਾ ਸਿਰ ਵੱਢ ਕੇ ਅੰਮ੍ਰਿਤ ਛਕਾ ਕੇ ਆਠ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਕਾ ਕੇ ਕਿਰਪਾਨ ਧਾਰਨ ਕੀਤੀ। ਔਰ ਗੁਰੂ ਦੇ ਘਰ ਪਿਤਾ ਨੂੰ ਕਿਰਪਾਨ ਬਿਨਾਂ ਨਹੀਂ ਸਰਿਆ, ਤੇ ਸਿੱਖ ਕਿਹੜੇ ਬਾਗ ਦੀ ਮੁਲੀਆ ਕਿਰਪਾਨ ਪਾਈ ਤੇ ਬਿਨਾਂ ਕਿਉਂ ਨਹੀਂ ਬਣਾ ਸਕਦਾ ਕਿ ਮੈਂ ਬਹੁਤਾ ਸਿੱਖ ਵੱਡਾ। ਸਤਿਗੁਰੂ ਗਰੀਬ ਨਿਵਾਸ ਦੇ ਦਾਰੇ ਚ ਪਾਈ ਮਹਾਰਾਜ ਨੇ ਬਦਲ ਕਹਿ ਕੇ ਭਾਈ ਜਿਹੜਾ ਸਿੱਖ ਹੈ ਰਹਿ ਤੋਂ ਬਿਨਾਂ ਸਿੱਖ ਹੋਣ ਦਾ ਹੱਕਦਾਰ ਨਹੀਂ। ਸਤਿਗੁਰੂ ਜੀ ਕਹਿੰਦੇ ਬਿਨਾਂ ਸ਼ਸਤਰ ਕੇ ਸਿੰਘ ਮਰਮ ਭੇਜ ਜਾਣੋ, ਕਹਿ ਜਾਣਦਾ ਪਿਤਾ ਦਾ ਸੁਧਾਨੋ, ਇਹ ਮੇਰ ਆਗਿਆ ਸੁਣੋ ਸਿੱਖ ਪਿਆਰੇ, ਬਿਨਾਂ ਸ਼ਸਤਰ ਕੇ ਸਿੰਘ ਨਾ ਦੇਵਣ ਦਿਦਾਰੇ। ਆ ਕੰਨਾਂ ਚ ਕਾਂਟੇ ਪਾਏ ਹੋਣ, ਹੱਥਾਂ ਤੇ ਘੜੀਆਂ ਵੱਧੀਆਂ ਹੋਣ, ਛਾਪਾਂ ਪਾਈਆਂ ਹੋਣ, ਤੇ ਜੇ ਕੋਈ ਡਾਂਗ ਵਾਲਾ ਮਗਰ ਲੱਗ ਜਾਵੇ ਤੇ ਰਾਹ ਕੀ ਆਖ ਨਾ ਰੱਖ ਦੇ ਇੱਥੇ। ਇੱਕ ਤਾਂ ਇਹ ਗਹਿਣ ਹੈ ਤੇ ਜੇ ਸ੍ਰੀ ਸਾਹਿਬ ਪਈ ਹੋਵੇ ਧੀ ਭੈਣ ਤਾਂ ਕੱਲੀ ਜਾਂਦੇ ਸ਼ਹਿਰ ਦੀ, ਤੇ ਕੋਈ ਯਾਰ ਕੋਈ ਮਗਰ ਸੋਚ ਕੇ ਨੇੜੇ ਜਾਵੇਗਾ ਤੇ ਇਹਦੇ ਗੁਰੂ ਦਾ ਗਹਿਣਾ ਸਮਝਿਆ ਹੋਇਆ।